ਜਾਫਾ ਲੱਗ ਜਾਵੇ ਜਿਹੜੀ ਅੱਜ ਮਰਜ਼ੀ, ਕੰਮ ਹੁੰਦੇ ਨੀ ਜੱਟਾਂ ਤੋਂ ਕਦੇ ਫਰਜ਼ੀ। ਦਫਾ ਲੱਗ ਜਾਵੇ ਜਿਹੜੀ ਅੱਜ ਮਰਜ਼ੀ, ਕੰਮ ਹੁੰਦੇ ਨੀ ਜੱਟਾਂ ਤੋਂ ਕਦੇ ਫਰਜ਼ੀ। ਜਿੱਥੇ ਚਰਚਾ ਹੈ ਵੱਡੇ ਖੱਬੀ ਖਾਣ ਦਾ, ਜਿਹੜਾ ਉਹਨੂੰ ਉਹਦੇ ਸ਼ੇਰ ਮਾਰਿਆ। ਪਤਾ ਲੱਗੂ ਵੈਰੀਆਂ ਦੇ ਜ਼ੋਰ ਦਾ, ਦਿੰਦਾ ਡੱਬ ਚ ਗਵਾਹੀ ਠੱਤੀ ਬੋਰ ਦਾ, ਅੱਜ ਪਤਾ ਲੱਗੂ ਵੈਰੀਆਂ ਦੇ ਜ਼ੋਰ ਦਾ। ਹਿੱਲਣੇ ਪਤਾਲੇ ਅੱਜ ਮਿੱਤਰ, ਜਦੋਂ ਧਰਤੀ ਤੇ ਪੈਰ ਮਾਰਿਆ। ਕਚਹਿਰੀਆਂ ਨੂੰ ਖਬਰਾਂ ਪੱਟ ਦਿੱਤੀਆਂ ਕਬਰਾਂ, ਉਹ ਇਸੇ ਗੋਲੀ ਦਾ ਸੀ ਹੱਕਦਾਰ ਮਿੱਤਰੋ, ਹੈ ਮੈਂ ਜਿਹਨੂੰ ਅੱਜ ਖੈਰ ਮਾਰਿਆ। ਉਹ ਅੱਜ ਬੇਖੌਫ ਹੋ ਕੇ ਵੇਲੀ ਜੱਟ ਦੇ ਸਿੱਧਾ ਹੈਕ ਵਿੱਚ ਖੈਰ ਮਾਰਿਆ। ਉਹ ਅੱਜ ਬੇਖੌਫ ਹੋ ਕੇ ਵੇਲੀ ਜੱਟ ਦੇ ਸਿੱਧਾ ਹੈਕ ਵਿੱਚ ਖੈਰ ਮਾਰਿਆ। ਦੇਖੋ ਏ, ਕਿਤੇ ਮਰਤਾ ਨਹੀਂ ਗਿਆ ਸਾਲਾ। ਸਾਲੇ ਨੂੰ ਪਏ ਨੂੰ ਵੀ ਦੇਖ ਕੇ ਮੇਰੇ ਤਾਂ ਸਾਹ ਸੁੱਕੀ ਜਾਂਦੇ ਨੇ। ਬਿੱਲੇ ਤੂੰ ਹੀ ਦੇਖ ਤਾਂ ਪਿਆ ਵੀ ਸਾਲਾ ਅਸੀਂ ਡਰਾਈ ਜਾਊ, ਇਹਨੂੰ ਤਾਂ ਮੈਂ ਠੋਕਦਾ। ਓਏ, ਜੇ ਇਹਨੂੰ ਸਾਲੇ ਨੂੰ ਆਈ ਮਾਰਨਾ ਹੁੰਦਾ, ਮਹੀਨਾ ਦੇ ਸਿਰ 'ਚ ਇੱਕ ਹੋਰ ਠੋਕਦਾ। ਜਿੰਨਾ ਕਿਹਾ ਓਨਾ ਕਰ। ਗਾਂਧੀ, ਓ ਗਾਂਧੀ, 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 ਓ ਗਾਂਧੀ, ਗਾਂਧੀ, ਹਰ ਗੱਲ ਦੀ ਕੋਈ ਲਿਮਿਟ ਹੁੰਦੀ ਹੈ। ਇਹ ਕੀ ਪਾਗਲਾਂ ਵਾਂਗੂ ਖੇਡ ਰਹੇ ਗਾਂਧੀ? ਸਹੀ ਗੱਲ ਆ ਬਾਈ, ਇੱਥੇ ਕਿਹੜਾ ਮੇਰੇ ਸਾਲੇ ਦਾ ਚੇਤਕ ਸਕੂਟਰ ਰੱਖਿਆ ਨਿਆਮ ਚ। ਉਹ ਗੋਲ ਤਾਂ ਹੋ ਗਿਆ ਨਾ ਜਿੱਤੇ। ਹਾਂ, ਆ ਜਾਓ ਬਾਈ। ਇਹ ਕੋਈ ਟੂਰਨਾਮੈਂਟ ਨਹੀਂ, ਇਹ ਤਾਂ ਪ੍ਰੈਕਟਿਸ ਮੈਚ ਹੈ। ਪਤਾ ਨਹੀਂ ਕਦੇ ਤੈਨੂੰ ਕੀ ਹੋ ਜਾਂਦਾ ਗਾਂਧੀ, ਐਦਾਂ ਲੱਗਦਾ ਕਿ ਤੇਰੇ 'ਚ ਪੈਰੋਂ ਆ ਜਾਂਦਾ। ਹੋ ਸਾਹਿਬ, ਮੈਨੂੰ ਲੱਗਦਾ ਜੀ ਆਹ ਫੁੱਟਬਾਲ 'ਤੇ ਸਿਰਫ ਤੇ ਸਿਰਫ ਮੇਰਾ ਹੱਕ ਹੈ। ਜਦੋਂ ਮੇਰੇ ਤੋਂ ਮੇਰਾ ਕੋਈ ਹੱਕ ਹੁੰਦਾ ਨਾ ਜੀ, ਤਾਂ ਮੇਰੇ 'ਚ ਪੈਰੋਂ ਆ ਹੀ ਜਾਂਦਾ ਜੀ। ਗਾਂਧੀ, ਜੇ ਇਸ ਪੈਰੋਂ ਨੂੰ ਤੂੰ ਸਿਰਫ ਫੁੱਟਬਾਲ ਗਰਾਊਂਡ ਤੱਕ ਰੱਖੇ ਨਾ, ਪੂਰੀ ਦੁਨੀਆ 'ਚ ਤੇਰਾ ਨਾਂ ਬੋਲੇਗਾ, ਯਾਦ ਰੱਖੀ। ਕੋ ਸਾਹਿਬ ਨੂੰ ਕੀ ਪਤਾ ਬਾਈ, ਨਾਂ ਤਾਂ ਹੁਣ ਬੋਲਣ ਲੱਗ ਗਿਆ, ਅਤੇ ਅੱਜ ਕਚਹਿਰੀਆਂ 'ਚ ਵੀ ਬੋਲੂ। ਰਸੂਲੜੇ ਵਾਲਾ ਗਾਂਧੀ ਹਾਜ਼ਰ ਹੋ। ਚੰਗਾ ਚੰਗਾ, ਤਿਆਰ ਹੋ ਕੇ ਆ ਜਾ, ਪੇਸ਼ੀ 'ਤੇ ਜਾਣਾ ਆਪਾਂ। ਆ ਗਿਆ ਬਾਈ। ਵਾਹਿਗੁਰੂ ਵਾਹਿਗੁਰੂ। ਕੁੜੇ ਬਹੂ, ਮੈਂ ਨਾ ਗੁਰਦੁਆਰੇ ਜਾ ਕੇ ਆਉਂਦੀ ਹੈ, ਤੂੰ ਰੁਪਿੰਦਰ ਨੂੰ ਰੋਟੀ ਦੇ ਦੀ, ਨਹੀਂ ਬਿਨਾਂ ਖਾਧੇ ਵਗ ਜਾਂਦਾ ਉਹ। ਬੇਬੇ ਜੀ, ਰੁਪਿੰਦਰ ਮੇਰਾ ਵੀ ਪੁੱਤਾਂ ਵਰਗਾ ਹੀ ਹੈ, ਤੁਸੀਂ ਗੁਰਦੁਆਰਾ ਸਾਹਿਬ ਹੋ ਕੇ ਆਓ, ਰੋਟੀ ਮੈਂ ਆਪ ਹੀ ਦੇ ਦੂੰ ਉਹਨੂੰ। ਚੰਗਾ ਪੁੱਤ, ਚੰਗਾ। ਮੰਮੀ ਆਉਣੀ ਹੈ ਪੁੱਤ। ਖੜ ਜਾ ਤੂੰ, ਮੈਂ ਦੱਸਦੀ ਹਾਂ ਤੈਨੂੰ। ਲੈ ਭਾਬੀ ਦੇਖ ਲੈ, ਅੱਜ ਫਿਰ ਡਰਾਮਾ ਸ਼ੁਰੂ ਕਰਤਾ ਇਹਨੇ, ਹੁਣ ਕਹਿੰਦਾ ਮੈਂ ਨਹੀਂ ਨਹਾਉਣਾ। ਖੜ ਜਾ, ਕਿਹੜਾ ਟੀਟਣੇ ਜੇ, ਤੈਨੂੰ ਮੈਂ ਦੱਸਦੀ ਆ, ਤੂੰ ਨਹੀਂ ਆਉਂਦਾ ਕਿਸੇ ਕੋਲ ਕਾਬੂ। ਓਹੋ, ਕੀ ਹੋ ਗਿਆ, ਕੀ ਹੋ ਗਿਆ? ਬਚਾਈ ਚਾਚੂ, ਬਚਾਈ। ਉਹ ਕਿਉਂ ਸਾਰਾ ਡੱਬਰ ਹਥਿਆਰ ਚੱਕੀ ਫਿਰਦਾ ਬਈ ਮੇਰੇ ਪੁੱਤ ਪਿੱਛੇ? ਰੁਪਿੰਦਰ ਵੀਰੇ, ਤੂੰ ਨਾ ਵਿੱਚ। ਭੂਆ ਜੀ, ਤੁਸੀਂ ਵੀ ਸੌਰੀ ਤਾਂ ਕਿ ਇਹਨਾਂ ਨਾਲ ਰਲ ਜਾਂਦੇ ਹੋ। ਕੋਈ ਨਹੀਂ, ਮੈਂ ਕਰਦਾ ਫੋਨ ਫੁੱਫੜ ਜੀ ਨੂੰ, ਆ ਕੇ ਲੈ ਜਾਣਗੇ ਤੁਹਾਨੂੰ। ਖੜ ਜਾ, ਕਿਹੜਾ ਟੀਟਣਿਆ ਜਿਹਾ, ਇੱਧਰ ਆ ਜਰਾ। ਰੁਪਿੰਦਰ, ਦੇ ਇਹਨੂੰ ਮੈਨੂੰ ਆਵਾ। ਓਹ ਭਾਬੀ, ਉਹ ਕੋਈ ਗੱਲ ਤਾਂ ਦੱਸੋ, ਮੈਨੂੰ ਕੀ ਹੋ ਗਿਆ? ਵੀਰੇ ਮੈਂ ਦੱਸਦੀ ਹਾਂ ਤੈਨੂੰ। ਭੂਆ ਜੀ, ਜਦੋਂ ਦੋ ਮਰਦ
ਆਪਸ ਚ ਗੱਲ ਕਰਦੇ ਹੁਣ ਤਾਂ ਵਿੱਚ ਨਹੀਂ ਬੋਲਦੇ। ਖੜ ਜਾ ਕੇਰਾ, ਤੈਨੂੰ ਤਾਂ ਮੈਂ ਬਣਾਉਣੀ ਆ ਮਰਦ। ਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ। ਹਾਂਜੀ ਮਰਦ ਜੀ, ਤੁਸੀਂ ਦੱਸੋ ਕੀ ਚਾਹੁੰਦੇ ਹੋ? ਚਾਚੂ ਆ ਮੰਮੀ ਤੇ ਨਾਲ ਆ ਭੂਆ ਜੀ ਤੁਹਾਡੇ ਸ਼ੇਰ ਨੂੰ ਨਵਾਉਣ ਲੱਗੇ ਨੇ ਬਾਹਰ ਨਲਕੇ ਤੇ। ਓਏ ਹੋਏ, ਤੇ ਉਹ ਵੀ ਨੰਗਾ। ਓ ਤੇਰੀ। ਹੁਣ ਤੁਸੀਂ ਦੱਸੋ ਚਾਚੂ, ਜੇ ਰੁਪਿੰਦਰ ਸਿੰਘ ਗਾਂਧੀ ਦਾ ਭਤੀਜਾ ਨੰਗਾ ਨਾ ਹੋ ਤਾਂ ਮੇਰੇ ਗਾਂਧੀ ਚਾਚੂ ਦੀ ਪਿੰਡ ਵਿੱਚ ਕੀ ਇੱਜ਼ਤ ਰਹਿ ਜੂ? ਜਮਾ ਇੱਜ਼ਤ ਨਹੀਂ ਰਹਿਣੀ। ਹਾਂ ਭਾਬੀ ਦੇਖੋ ਵੀ ਗੱਲ ਤਾਂ ਇਹਦੀ ਜਮਾ ਠੀਕ ਆ। ਹੁਣ ਤੂੰ ਦੱਸ ਤੂੰ ਕੀ ਚਾਹੁੰਦਾ? ਥਾਪੀਆਂ ਚਾਹੁੰਦਾ, ਹੋਰ ਇਹਨੇ ਕੀ ਚਾਹੁੰਦਾ? ਲਿਆ ਮੈਂ ਦਿੰਨੀ ਆ ਇਹਨੂੰ। ਮੰਮੀ ਤੁਹਾਨੂੰ ਕੀ ਅਲੱਗ ਤੋਂ ਸਮਝਾਉਣਾ ਪਊ? ਜਦੋਂ ਦੋ ਮਰਦ ਆਪਸ ਚ ਗੱਲ ਕਰਦੇ ਹੋਣ ਤਾਂ ਵਿੱਚ ਨਹੀਂ ਬੋਲੀਦਾ। ਹਾਂ ਮੈਂ ਕਹਿ ਰਿਹਾ ਸੀ ਚਾਚੂ, ਹੁਣ ਤੁਹਾਡਾ ਸ਼ੇਰ ਵੱਡਾ ਹੋ ਗਿਆ, ਹੁਣ ਮੈਂ ਗੁਸਲਖਾਨੇ ਚ ਨਹਾਉਂ ਤੇ ਉਹ ਵੀ ਇਕੱਲਾ। ਇਹ ਮੇਰਾ ਸ਼ੇਰ ਪੁੱਤ ਹੈ, ਇਹ ਡਰਦਾ ਕਿਸੇ ਤੋਂ? ਇਹਦਾ ਗੁਸਲਖਾਨੇ ਚ ਨਹਾਊ ਉਹ ਵੀ ਅੰਦਰੋਂ ਕੁੰਡੀ ਲਾ ਕੇ, ਭਾਵੇਂ ਅੰਦਰ ਹਨੇਰਾ ਕਿਉਂ ਨਾ ਹੋਵੇ, ਭਾਵੇਂ ਕਿਰਲੀਆਂ ਕਿਉਂ ਨਾ ਹੋਣ, ਚਾਹੇ ਭਾਬੀ ਅੰਦਰ ਕਾਲਾ ਸੱਪ ਹੋਵੇ, ਇਹ ਨਹੀਂ ਡਰਦਾ ਕਿਸੇ ਤੋਂ। ਕਿਉਂ? ਫਿਰ ਤਾਂ ਬਾਹਰ ਹੀ ਨਾ ਲੈਣਾ ਚਾਚੂ। ਪੱਕੀ ਗੱਲ? ਓਏ ਓਏ ਓਏ, ਹੁਣ ਤੂੰ ਵੱਡਾ ਹੋ ਗਿਆ, ਕੱਛਾ ਪਾ ਕੇ ਨਾ ਆਇਆ ਕਰ, ਠੀਕ ਹੈ? ਚੱਲ ਉਹ ਭਾਬੀ ਤੂੰ ਨਾ ਬੈਠ, ਰੋਟੀ ਪਾ ਦੇ, ਫਟਾਫਟ ਜਾਣਾ ਮੈਂ। ਕਿੱਥੇ ਜਾਣਾ ਤੂੰ? ਭਾਬੀ ਆ ਜੋ ਠੇਕੇਦਾਰ ਵਾਲੇ ਕਿਸੇ ਦੀ ਪੇਸ਼ੀ ਆ ਨਾ, ਉੱਥੇ ਜਾਣਾ। ਵੇ ਕਿਹੜੇ ਕੁੱਤੇ ਕੰਮਾਂ 'ਚ ਪੈ ਗਿਆ ਤੂੰ? ਭਾਬੀ ਸ਼ਰੀਫ ਬੰਦੇ ਦਰਾਂ ਮੂਹਰੇ ਨਾ ਜਣਾ ਖਣਾ ਖੰਘੂਰਾ ਮਾਰ ਕੇ ਲੰਘਦਾ, ਜਿਹਦਾ ਪਤਾ ਹੁੰਦਾ ਨਾ ਵੀ ਡੰਗ ਮੋਰਾਂ 'ਤੇ ਮਾਰੂ, ਲੋਕ ਲੰਘਣ ਲੱਗੇ ਪੈਰਾਂ ਦਾ ਖੜਾਕ ਵੀ ਨਹੀਂ ਹੋਣ ਦਿੰਦੇ। ਨਾਲੇ ਆਪਣਾ ਤਾਂ ਇੱਕ ਅਸੂਲ ਹੈ, ਨਾ ਜੁਰਮ ਕਰਨਾ ਨਾ ਸਹਿਣਾ। ਕਿਉਂ ਸਰਦਾਰ ਸਾਹਿਬ, ਹੋ ਗਈ ਇੱਜ਼ਤ ਲੀਰੋ ਲੀਰ? ਚਾਚੂ ਪਰ ਗਾਹਾਂ ਗੱਲ ਨਾ ਕਰੀ। ਕੁੜੇ ਪ੍ਰੀਤ, ਤੂੰ ਰੁਪਿੰਦਰ ਨੂੰ ਰੋਟੀ ਪਾ ਕੇ ਲਿਆ ਦੇ, ਲਿਆਏ ਦੇ ਕੱਪੜੇ ਤਾਂ ਮੈਂ ਪਾਉਣੀ ਆ। ਲਿਆਉਣੀ ਆ ਭਾਬੀ। ਹਾਂ ਵੀ ਪੁੱਤਰਾ। ਭਾਬੀ ਆ ਕਿਹੋ ਜਿਹੇ ਫਿੱਕੇ ਜਿਹੇ ਰੰਗਾਂ ਵਾਲੇ ਸੂਟ ਪਾਈ ਰੱਖਦੀ ਆ ਤੂੰ? ਉਹ ਤੂੰ 40 ਕਿੱਲੇ ਵਾਲੇ ਸਰਦਾਰਾਂ ਦੀ ਨੂੰਹ ਹੈ, ਚੱਜ ਦੇ ਰੰਗਦਾਰ ਸੂਟ ਪਾ ਕੇ ਰੱਖਿਆ ਕਰ। ਰੁਪਿੰਦਰ, ਮੈਂ ਇੱਕ ਵਿਧਵਾ ਔਰਤ ਹਾਂ ਤੇ ਵਿਧਵਾ ਔਰਤ ਦੀ ਜ਼ਿੰਦਗੀ 'ਚ ਕਿਹੜੇ ਰੰਗ? ਲੈ ਦੱਸ ਭਾਬੀ ਕਿਹੋ ਜਿਹੀਆਂ ਗੱਲਾਂ ਕਰਦੀਆਂ? ਉਹ ਜਿਹਦੇ ਸ਼ੇਰਾਂ ਵਰਗੇ ਦੋ ਪੁੱਤ ਹੋਣ ਉਹਦੀ ਜ਼ਿੰਦਗੀ ਕਿਵੇਂ ਬਦਰੰਗ ਹੋ ਸਕਦੀ ਹੈ? ਪਰ ਚਾਚੂ ਮੈਂ ਤਾਂ ਇਕੱਲਾ ਪੁੱਤ ਹਾਂ ਆਪਣੀ ਮਾਂ ਦਾ। ਓਏ ਮੈਂ ਵੀ ਤਾਂ ਭਾਬੀ ਦੇ ਪੁੱਤਾਂ ਵਰਗਾ ਹੀ ਹਾਂ। ਲੈ ਵੀਰੇ ਰੋਟੀ। ਲਿਆ ਭੈਣੇ। ਜਕਾਰਾ ਸਿੱਧ ਬਾਬੇ ਦਾ ਲਿਆਓ ਬੱਚਾ ਪਾਓ, ਖੈਰ ਸੰਤਾਂ ਨੂੰ 8 ਰੁਪਇਆ ਤੇਲੀ ਕਰੋ ਦਾਨ ਕਰਮਾਂ ਵਾਲਿਓ। ਉਹ ਬਾਬਾ ਰੁਪਈਏ ਤੇਲੀ ਦੇ ਮਾਮਲੇ 'ਚ ਤਾਂ ਮੈਂ ਵੀ ਤੇਰੇ ਵਰਗਾ ਫਕੀਰ ਹੀ ਹਾਂ, ਜੇ ਰੋਟੀ ਖਾਣੀ ਤਾਂ ਦੱਸ। ਲਿਆ ਛਕ ਲੈਨੇ ਆ, ਲਿਆ ਭਗਤਾ ਆ ਜਾ ਉੱਤੇ ਬੈਠ, ਕੋਈ ਗੱਲ ਨਹੀਂ ਇੱਥੇ ਬੜੀ ਮਿਹਰਬਾਨੀ ਭਗਤਾ, ਲਿਆ ਵੀ ਖਾ ਲੈਨੇ ਰੋਟੀ। ਉਹ ਫੜ ਲਾ ਹੁਣ ਦੇਖੀ ਕੀ ਜਾਣਾ ਭੈਣੇ, ਫਟਾਫਟ ਮੈਨੂੰ ਹੋਰ ਰੋਟੀ ਪਾ ਕੇ ਲਿਆ। ਵੀਰੇ ਤੂੰ ਬੈਠ 5 ਮਿੰਟ, ਮੈਂ ਬਣਾ ਕੇ। ਉਹ ਭੈਣੇ 5-5 ਮਿੰਟ ਨਹੀਂ ਹੈਗੇ, ਜੀਤਾ ਉਡੀਕਦਾ ਹੋਣਾ ਮੈਨੂੰ ਫਿਰ ਨਹੀਂ ਤੇ। ਰੁਪਿੰਦਰਾ ਬਿਨਾਂ ਰੋਟੀ ਖਾਏ ਘਰੋਂ ਨਹੀਂ ਜਾਈਦਾ। ਉਹ ਭਾਬੀ ਸਾਰਾ ਪਿੰਡ ਹੀ ਆਪਣਾ ਹੈ, ਕਿਸੇ ਦੇ ਘਰੇ ਵੀ ਖਾ ਲਾਂਗੇ, ਕੋਈ ਚੱਕਰ ਨਹੀਂ, ਚੱਲਦਾ ਮੈਂ। ਚੰਗਾ ਬਾਬਾ ਜੀ। ਚੱਲ ਵੇ ਟੀਟਨਿਆ, ਤੈਨੂੰ ਵੀ ਰੋਟੀ ਖਵਾ ਕੇ ਲਿਆਵਾਂ। ਕੁੜੇ ਪ੍ਰੀਤ, ਇਹਨੂੰ ਚੱਜ ਨਾਲ ਖਵਾ ਦੀ। ਬੀਬੀ ਇਹ ਮੁੰਡਾ ਬਾਬਾ ਦਿਓਰ ਲੱਗਦਾ ਮੇਰਾ, ਪਰ ਪਤਾ ਨਹੀਂ ਕਿਹੜੇ ਕੁੱਤੇ ਕੰਮਾਂ 'ਚ ਪੈ ਗਿਆ। ਮੈਂ ਦੇਖ ਲਈ ਆਪਣੀ ਮਾਸੀ ਦੀ ਕੁੜੀ, ਕਰ ਦੇਣਾ ਵਿਆਹ ਮੈਂ ਵੀ ਅਗਲੇ ਸਾਲ ਨੂੰ। ਨਾ ਨਾ ਬੀਬੀ, ਇਹਦਾ ਵਿਆਹ ਨਾ ਕਰੀ, ਇਹੋ ਜਿਹੀਆਂ ਨੇਕ ਰੂਹਾਂ ਦੁਨੀਆਂ 'ਤੇ ਲੋਕਾਂ ਦੇ ਭਲੇ ਲਈ ਆਉਂਦੀਆਂ ਨੇ ਅਤੇ ਫਿਰ ਚਲੀਆਂ ਜਾਂਦੀਆਂ ਨੇ ਬੀਬੀ। ਨਾ ਕੀ ਮਤਲਬ ਆ ਤੇਰਾ ਬਾਬਾ? ਬੀਬੀ ਮੈਂ ਇਹਦਾ ਮੱਥਾ ਪੜ੍ਹ ਲਿਆ ਮੁੰਡੇ ਦਾ, ਇਹੋ ਜਿਹੇ ਨੇਕ ਬੰਦੇ ਦੁਨੀਆਂ 'ਤੇ ਲੋਕਾਂ ਦੇ ਭਲੇ ਲਈ ਆਉਂਦੇ ਨੇ ਅਤੇ ਬਹੁਤੀ ਦੇਰ ਨਹੀਂ ਜਾਂਦੇ ਰਹਿੰਦੇ ਅਤੇ ਫੁਰ ਹੋ ਜਾਂਦੇ ਨੇ ਦੁਨੀਆਂ ਤੋਂ ਬੀਬੀ। ਖੜ ਜਾ ਕੇ ਰਹਾਂ ਤੂੰ, ਤੈਨੂੰ ਤਾਂ ਮੈਂ ਦੱਸਦੀ ਹਾਂ ਪਤਾ। ਖੜ ਜਾ ਕੇਰਾ ਬੂ ਬਣਿਆ ਜਾ, ਬਣਿਆ ਫਿਰਦਾ ਵੱਡਾ ਸਾਧ, ਮਰ ਜਾਣਾ ਨਾ ਹੋਵੇ ਤਾਂ। ਕਿਉਂ ਬਾਬਾ ਪੈ ਗਏ ਟੰਬੇ? ਉਹ ਬਾਲਾ ਸੱਚ ਬੋਲਣ ਵਾਲੇ ਟੰਬੇ ਹੀ ਪੈਂਦੇ ਹੁੰਦੇ ਨੇ। ਉਹ ਭਗਤਾ ਮਾਈ ਤਾਂ ਭੈਰੋ ਦੀ ਮਾਂ ਨਿਕਲੀ, ਮੇਰੀ ਤਾਂ ਰੋਟੀ ਵੀ ਵਿਚਾਲੇ ਛਡਾਤੀ। ਚੱਲ ਆ ਰੋਟੀ ਮੈਂ ਖਵਾ ਕੇ ਲਿਆਉਣਾ ਤੈਨੂੰ, ਇਕੱਠੇ ਖਾਣੇ। ਉਹ ਬਸ ਤਾਂ ਸਹੀ ਬਾਬਾ ਯਾਰ, ਨਹੀਂ ਭਗਤਾ, ਉਹ ਬਸ ਭਗਤਾ ਮੇਰੀ ਤਸੱਲੀ ਹੋ ਗਈ, ਮੈਨੂੰ ਜਾਣ ਦੇ। ਉਹ ਬਾਬਾ ਉਹ ਹਾਂ ਤਾਂ ਸਹੀ। ਕਿਉਂ ਬਈ ਪੈਂਦੇ ਆ ਪਟਾਕੇ? ਬੁਲਟ ਦੇ ਪਟਾਕੇ ਪਾਉਣਾ ਤਾਂ ਫੁਕਰਿਆਂ ਦਾ ਕੰਮ ਹੈ, ਆਪਾਂ ਤਾਂ ਅਸਲੀ ਪਟਾਕੇ ਪਾਉਣੇ ਆ ਬਈ। ਪਹਿਲਾਂ ਮਾੜਾ ਜਿਹਾ ਹੈਰੀ ਦੀ ਵਰਕਸ਼ਾਪ 'ਤੇ ਚੱਲੇ ਆਈਏ, ਕੰਮ ਆ ਜ਼ਰੂਰੀ ਬਹੁਤ। ਜਾਣਦਾ ਮੈਂ ਤੇਰੇ ਕੰਮ ਨੂੰ, ਜੇ ਖਾਣੀ ਹੁੰਦੀ ਹੈ ਤਾਂ ਜੇਬ 'ਚ ਰੱਖਿਆ ਕਰੋ, ਚੱਲ। ਹਾਂ ਉਹ ਨਿਕਲਿਆ ਹੋਣੀ ਯਾਰ ਬਾਹਰ, ਤੇ ਸਮਾਨ ਤੋਰ ਸਾਨੂੰ। ਉਹ ਯਾਰ ਜੇਬ 'ਚੋਂ ਕੱਢ ਲਾ, ਤੈਨੂੰ ਦਿਖਦਾ ਨਹੀਂ ਮੈਂ ਕੰਮ ਕਰਦਾ। ਅੱਛਾ ਉਹ ਕਿਤੇ ਜੇਬ ਨਾ ਪਾੜਦੀ ਪਤੰਦਰਾ।
ਵੀ ਸਾਲਾ ਕਮਾਲ ਦਾ ਹੀ ਬੰਦਾ ਯਾਰ। ਇਹਦਾ ਬਾਪੂ ਨਾ ਮਾੜਾ ਜਿਹਾ ਵਰਕ ਸਾਹਿਬ ਕੋਲ ਇੱਧਰ ਉੱਧਰ ਹੋ ਜੇ, ਸਾਲਾ ਚੱਕ ਕੇ ਸਮਾਨ ਨਾ ਯੋਂਗੇ ਜੇ ਦੀ ਧਾਰ ਕੱਢਣ ਲੱਗ ਜੂ ਜਦੇ। ਗੱਲ ਸੁਣ ਓਏ, ਬੱਕੀ ਆ ਨਿਰਜੇ ਯਾਰ ਦੀ। ਅੱਛਾ ਆ ਲੈ ਫੜ ਬਾਈ, ਚੱਕ ਲਾ। ਲਿਆ ਲੈ ਓਏ, ਤੂੰ ਵੀ ਖਾ ਲੈ। ਨਾ ਨਾ ਮੈਂ ਨਹੀਂ ਖਾਂਦਾ ਯਾਰ, ਆਪਾਂ ਨੂੰ ਤਾਂ ਡਰ ਲੱਗਦਾ ਕੀ ਪਤਾ ਲੱਗ ਜਾਵੇ। ਸਹੀ ਆ ਬਿਲਕੁਲ ਸਹੀ ਆ ਤੂੰ। ਇਹ ਤਾਂ ਸਾਲੀ ਮਾੜੀ ਜਿਹੀ ਸੁੰਘ ਲਓ ਨਾ ਤਾਂ ਵੀ ਲੱਗ ਜਾਂਦੀ ਆ। ਲਿਆ ਆਪਣੇ ਵਾਲੀ ਵੀ, ਮੈਨੂੰ ਵੀ ਫੜਾ ਦੇ। ਲਿਆ ਐ ਤਾਂ ਜਮਾਂ ਫੀਮ ਆ ਓਏ। ਕਿਉਂ ਚੱਕ ਆ ਕੋਈ? ਤੇਰਾ ਕੀ ਪਤਾ ਮਿਸਤਰੀ ਦਾ, ਕਾਲਾ ਗਰੀਸ ਖਵਾ ਦੇ। ਹੱਸਣ ਵਾਲੀ ਗੱਲ ਨਹੀਂ ਬਾਈ, ਤੇਰਾ ਸਾਲਿਆਂ ਨੇ ਸੱਚੀ ਖਵਾਤੀ ਸੀ ਮੈਨੂੰ। ਪਤਾ ਕੀ ਹੋਇਆ, ਇਹਨੇ ਐਡੀ ਜਿਹੀ ਮੈਨੂੰ ਗੋਲੀ ਬਣਾ ਕੇ ਦੇਤੀ, ਆਪਾਂ ਵੀ ਚੱਕਿਆ ਪਾਣੀ ਦਾ ਗਲਾਸ, ਕੜੱਚ ਦੇਣੇ ਮਾਰੀ ਅੰਦਰ। ਫਿਰ ਤੈਨੂੰ ਕਿਵੇਂ ਪਤਾ ਲੱਗਿਆ ਓਏ? ਮੈਂ ਜਦ ਸਵੇਰੇ ਜੰਗਲ ਪਾਣੀ ਗਿਆ ਨਾ, ਸਾਲਾ ਦੋ ਧਾਰੀ ਵਾਲਾ ਮਾਲ ਬਾਹਰ ਨੂੰ ਆਵੇ। ਉਹ ਇਸੇ ਸਮਾਨ ਕਰਕੇ ਪਿੰਡਾ ਸ਼ਿਮਲੇ ਬੈਠਾ ਸਹੇਲੀ ਨਾਲ। ਸਹੀ ਆ, ਲੈ ਗਾਂਧੀ ਬਾਈ ਹੋਰੀ ਵੀ ਆ ਗਏ। ਕਿਵੇਂ ਆ ਹਰੀ? ਵਧੀਆ ਬਾਈ। ਬਾਈ ਬੈਠੋ, ਮੈਂ ਚਾਹ ਕਹਿ ਕੇ ਆਇਆ। ਛੇਤੀ ਕਹਿ ਕੇ ਆਈ, ਪੇਸ਼ੀ ਤੇ ਜਾਣਾ ਸੀ। ਕਿੱਦਾਂ ਬਾਈ? ਕਿਵੇਂ ਭੁੱਲੇ? ਆਜਾ ਬਾਈ ਆਜਾ। ਬਾਈ ਅੱਜ ਮੌਸਮ ਤੇ ਸਮਾਨ ਨਾ ਦੋਨੋਂ ਖਿੜੇ ਹੋਏ ਨੇ, ਪੇਸ਼ੀ ਕੈਂਸਲ ਨਹੀਂ ਹੋ ਸਕਦੀ। ਹੋ ਸਕਦੀ ਆ, ਕਿਉਂ ਨਹੀਂ ਹੋ ਸਕਦੀ? ਜੀਤੇ ਮਾਰ ਕੋਈ ਬਹਾਨਾ ਵਕੀਲ ਨੂੰ। ਉਹ ਫੋਨ ਡਾਇਰੈਕਟਰੀ, ਫੋਨ ਫੜਾ। ਹੈਲੋ। ਹੈਲੋ ਵਕੀਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੇਸ਼ੀ 'ਤੇ ਨਹੀਂ ਆ ਸਕਦੇ। ਕਿਉਂ, ਕੀ ਗੱਲ ਹੋ ਗਈ? ਉਹ ਸਾਡੇ ਨਾਲ ਦੇ ਬੰਦੇ ਭੋਲੇ ਦਾ ਰਾਤ ਹੋ ਗਿਆ ਐਕਸੀਡੈਂਟ, ਉਹਨੂੰ ਲੈ ਕੇ ਅਸੀਂ ਹਸਪਤਾਲ ਬੈਠੇ ਹਾਂ। ਤੁਸੀਂ ਐਂ ਨਾ ਕਰੋ, ਤੁਸੀਂ ਪੇਸ਼ੀ 'ਤੇ ਆਓ, ਸਕੂਟਰ ਤੇ ਬਹਿ ਕੇ ਤਾਂ ਬਾਈ ਮੈਂ ਇੱਥੇ ਆਇਆ। ਉਹ ਸਾਲਿਆ ਪਹਿਲਾਂ ਨਹੀਂ ਬੋਲ ਸਕਦਾ ਸੀ? ਮੂੰਹ ਤੇ ਤਾਂ ਹੱਥ ਰੱਖਿਆ ਹੋਇਆ ਸੀ, ਹੋਰ ਬੋਲਦਾ ਮੈਂ ਆਪਣੀ। ਚਲੋ ਵੀ ਮੁੰਡਿਓ, ਪਰਚੀ ਕਟਾਓ। ਕਾਹਦੀ ਪਰਚੀ ਆ ਵੀਰੇ? ਆ ਕਿਹੜੇ ਮੌਸਮ ਦੀ ਛਬੀਲ ਲਾਈ ਆ ਤੁਸੀਂ? ਛਬੀਲ ਦੀ ਨਹੀਂ, ਟੂਰਨਾਮੈਂਟ ਦੀ ਪਰਚੀ ਆ। ਚੁੱਪ ਚਾਪ ਰੁਪਈਆ ਕੱਢੋ 100। ਜਿਹੜੇ ਤਰੀਕੇ ਨਾਲ ਤੂੰ ਮੰਗਦਾ ਨਾ, ਐਂ ਤਾਂ ਅਸੀਂ ਇੱਕ ਧੇਲਾ ਨਹੀਂ ਦਿੰਦੇ। ਹਾਂ ਵੀਦਾਰੀ, ਕੱਟੀ ਨਹੀਂ ਪਰਚੀ? ਬਾਈ ਆ ਮੁੰਡੇ ਪਰਚੀ ਨਹੀਂ ਕਟਾਉਂਦੇ, ਉੱਤੋਂ ਆਕੜਦੇ ਨੇ। ਉਹ ਆਕੜਦਾ ਮੈਂ ਜਾਂ ਤੂੰ? ਪਰਚੀ ਕਟਾਉਣਾ ਹੈ ਕਿ ਹਫ਼ਤਾ ਮੰਗਣ? ਕਾਕਾ ਅੜੀ ਨਹੀਂ ਕਰੀਦੀ, ਪਰਚੀ ਕਟਾ। ਤੂੰ ਅੜੀ ਸਮਝ, ਨਹੀਂ ਕਟਾਉਂਦੇ ਪਰਚੀ। ਉਹ ਬਾਈ ਜੀ ਖੜ ਜਾਓ, ਮੈਂ ਕਟਾਉਂਦਾ ਪਰਚੀ। ਇਹ ਮੇਰੇ ਕਾਲਜ ਦੇ ਦੋਸਤ ਨੇ, ਇਹ ਵਰਕਸ਼ਾਪ ਮੇਰੇ ਬਾਪੂ ਦੀ ਹੈ। ਅੱਛਾ, ਕਾਲਜੀਏਟ ਮੁੰਡੇ ਨੇ ਉਹ? ਚੱਲ ਛੱਡ ਇਹਨਾਂ ਦੀ ਪਰਚੀ। ਪਰ ਬਾਈ ਕੱਪੜੇ ਤੋਂ ਤਾਂ ਵਧੀਆ ਘਰਾਂ ਦੇ ਲੱਗਦੇ ਨੇ। ਓਏ ਕਾਲਜੀਏਟ ਚਾਹੇ ਟਾਟਾ ਬਿਰਲਾ ਦੀ ਲਾਦ ਕਿਉਂ ਨਾ ਹੋਣ, ਪਰ ਹੁੰਦੇ ਨੰਗੇ ਨੇ। ਚਲਾ ਚੱਲੀਏ। ਚਲੋ ਬਾਈ। ਉਹ ਗਾਂਧੀ ਬਾਈ ਹਰੇਕ ਨਾਲ ਪੰਗਾ ਲੈ ਕੇ ਬਹਿ ਜਾਣਾ, ਮੂਹਰੇ ਤਾਂ ਦੇਖ ਲਿਆ ਕਰ ਕੌਣ ਆ। ਕੌਣ ਸੀ ਇਹ? ਸੀਆਰ ਹੈ। ਅੱਛਾ, ਇਹ ਸੀ ਸੀਆਰ। ਪਿੰਡ ਕਿਹੜਾ ਇਹਦਾ? ਬਹੂ ਮਾਜਰਾ ਹੈ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਬਾਪੂ ਇਹ ਸੀਆਰ ਦੀ ਫੈਕਟਰੀ ਕਿਹੜੇ ਪਾਸੇ ਆ? ਇਧਰਲੇ ਪਾਸੇ। ਇਧਰਲੇ ਪਾਸੇ? ਹਾਂ। ਬੈਠੋ ਮੁੰਡਿਓ, ਬੈਠੋ ਬੈਠੋ। ਓਏ ਆ ਬਾਪੂ ਕਿਉਂ ਚੱਕਿਆ? ਸਿਰਫ ਹੱਥ ਪੈਰ ਹੀ ਤੋੜਨੇ ਨੇ, ਜਾਨੋ ਨਹੀਂ ਮਾਰਨਾ। ਚਲੋ ਚਲੋ ਓਏ। ਹਾਂ ਬਈ ਕਾਕਾ, ਦੱਸ ਕਿਵੇਂ ਆ? ਟੂਰਨਾਮੈਂਟ ਵਾਲੀ ਪਰਚੀ ਕਟਾਉਣ ਆਇਆ। ਓਏ ਕਿਹੜਾ ਟੂਰਨਾਮੈਂਟ? ਲੱਗਦਾ ਤੂੰ ਗੱਲ ਨੂੰ ਬੜਾ ਸੀਰੀਅਸ ਲੈ ਗਿਆ ਕਾਕਾ। ਓਏ ਪਰਚੀ ਤਾਂ ਆਪਣੇ ਮੁੰਡਿਆਂ ਦੇ ਖਾਣ ਪੀਣ ਲਈ ਹੈ, ਨਾਲੇ ਤਾਂ ਇਹਦੇ ਨਾਲ ਮਾਰਕੀਟ 'ਚ ਠੁੱਕ ਬਣੀ ਰਹਿੰਦੀ ਹੈ, ਅਤੇ ਨਾਲੇ ਨੌਂ ਬਣਿਆ ਰਹਿੰਦਾ। ਨੌਂ ਤਾਂ ਹੁਣ ਮੈਂ ਬਣਾਊਂਗਾ। ਇਸ ਲਈ ਤੈਨੂੰ ਮੈਨੂੰ ਰਗੜਨਾ ਪਏਗਾ, ਕਿਉਂਕਿ ਖੰਨੇ ਸ਼ਹਿਰ ਵਿੱਚ ਸੀਆਰ ਸਿਰਫ ਇੱਕ ਹੈ। ਮੈਂ ਖੰਨੇ ਦੀ ਗੱਲ ਨਹੀਂ ਕਰਦਾ,
मैं पूरे पंजाब च नौ बनाने की गल करदा। नौ बनाने लई लोहे का जिगरा चाहिए, मौत नाल अखां चखां पाउणियां पैंदियां ने। कदे किसे कुत्ते दे डंडा मारिया, कदे किसे परचे च नौ बोलिया। परचे दा कई बोलदे ने, आ ठेकेदार वाला परचा कुछ ज्यादा ही बोलदा। अच्छा अच्छा अच्छा, ओ कांड तू कीता सी, दस की चाहिए। मैनू सी आर चाहिए, सी आर दा दिमाग चाहिए। छोटे भाई कमाल दा बंदा है तू। मैं तो सोचा सी तू बंदे मंगेगा, हथियार मंगेगा, तू तो सीधा सी आर ए मंग लिया। सी आर भाई जी, बड़ा नौ है थोड़ा शहर च। अपने शहर विच नौ बनाउण लई अद्धी उम्र लंघ जांदी है, ते पूरे पंजाब च नौ बनाउण लई पंजाब दे हर बड़े बंदे दी पिट्ठ लवाउणी पैंदी है, ओह वी उहदे घर च वड़ के। सी आर भाई, अपने पाले च रह के तां सिर्फ गोल बचाया जा सकदा है, गोल ठोकण लई तां दूजे दे पाले च वड़ना ही पैंदा है। पटियाले वाला गोशा, मोगे वाला बराड, ते लुधियाने वाला फौजी। भाई तू बस ये दस, पहला ठोकना केड़ा है? लुधियाने वाला प्रॉपर्टी डीलर जो धक्के नाल लोकां दीआं जमीनां ते प्लाटां ते कब्जा करदा है, ते धीआं भैणां दीआं इज्जतां नाल खेड़दा है। यारी नाल जिन्हां दे पक्की सारे फिरदे असले चक्की। देखो ये सारे कौन ने। ओ यारी नाल जिन्हां दे पक्की सारे फिरदे असले चक्की, गुस्सा रिहा सुबाल कुड़े सारे फट्टे चक्कर वाले जट दे जिगरी यार कुड़े, सारे फट्टे चक्कर वाले जट दे वैली यार कुड़े। बनके नाल तलवारा जिदड़ी सच्चे यारा तो वारा, उखड़ते बनके नाल तलवारा जिदड़ी सच्चे यारा तो वारा, जिन्ना दे जिगरे तार कुड़े सारे फट्टे चक्कर वाले जट दे जिगरी यार कुड़े, सारे फट्टे चक्कर वाले जट दे वैली यार कुड़े। सिखर दपैर पौने वारी टली वांग खड़कौने, पेचे अजम तिराने पौने वारी टली वांग खड़कौने, खाखा देनिया पाड़ कुड़े भरावा। मार मार अजमाया करता तू है कौन। गांधी फट्टे चक्कर वाले जट दे जिगरी यार कुड़े, अनकी पुत जटां दे वैली नी कर ली गिदड़ा ने अणगैली, नी अनकी पुत जटां दे वैली नी कर ली गिदड़ा ने अणगैली, जट ने पुट ते झाड़ कुड़े फट्टे चक्कर वाले जट दे जिगरी यार कुड़े, सर फट्टे चक्कर वाले जट दे वैली यार कुड़े। लै भाई डीलर दी तां कश्ती दौण, हुण किहदी मंजी ठोकणी आ, हुकम कर। फिरोजपुर वाले बराड़ दी, शराब दा वड्डा समगलर है साला,
ਬਈ ਸੀ ਆਰ ਤਾਂ ਕਹਿੰਦਾ ਸੀ ਉਹ ਆਪਦੀ ਕਾਲੀ ਕਮਾਈ ਚੋਂ ਗਰੀਬ ਕੁੜੀਆਂ ਦੇ ਵਿਆਹ ਕਰਦਾ, ਹੋਰ ਵੀ ਪੁੰਨ ਦੇ ਕੰਮ ਕਰਦਾ ਕਈ। ਸੁਣਿਆ ਤਾਂ ਬਈ ਮੈਂ ਵੀ ਇਹੀ ਹੈ। ਉਹਨੂੰ ਰਹਿਣ ਦਿੰਦੇ ਫਿਰ। ਐ ਕਰੋ ਜੀਤੇ, ਪਟਿਆਲੇ ਗੱਡੀ ਮੁੜ, ਪਟਿਆਲੇ ਵਾਲੇ ਗੋਸ਼ੇ ਦੀ ਮੰਜੀ ਠੋਕਦੇ ਆ। ਕਿਉਂ? ਚੱਲ ਪਟਿਆਲੇ ਚੱਲ। ਠੀਕ ਆ ਬਈ। ਪਟਿਆਲੇ ਵਾਲਾ ਗੋਸ਼ਾ ਗਰੀਬ ਰੇੜੀ ਵਾਲਾ ਤੋਂ ਹਫ਼ਤਾ ਵਸੂਲੀ ਕਰਨ ਲਈ ਤੇ ਸਟੈਂਡਾਂ ਦੀਆਂ ਬੋਲੀਆਂ ਵਿੱਚ ਧੱਕਾ ਕਰਨ ਲਈ ਮਸ਼ਹੂਰ ਹੈ। ਹਾਏ ਹਾਏ ਹਾਏ, ਮੈਂ ਮਰ ਜਾ, ਫੜਾ ਮੈਨੂੰ। ਓਹੋ, ਤੂੰ ਕਿਹੜੇ ਕੰਮਾਂ ਚ ਪੈ ਗਿਆ? ਤੈਂ ਦੱਸ ਕਿ ਜ਼ਮੀਨਾਂ ਵਡਾਉਣੀਆਂ ਨੇ, ਡਾਢਿਆਂ ਨਾਲ ਕਾਹਦੀਆਂ ਜ਼ੋਰ ਅਜਮਾਈਆਂ ਭਲਾ। ਉਮਾ, ਇਹ ਤਾਂ ਛੋਟੀ ਉਮਰ ਹੀ ਪਤਾ ਲੱਗ ਗਿਆ ਸੀ, ਦੁਨੀਆਂ ਜ਼ੋਰਾਂ ਦੀ ਮੰਨਦੀ ਹੈ, ਕਮਜ਼ੋਰਾਂ ਦੀ ਨਹੀਂ। ਨਾਲੇ ਮਾਂ, ਤੈਨੂੰ ਚੰਗੀ ਤਰ੍ਹਾਂ ਪਤਾ ਤੇਰਾ ਪੁੱਤ ਕਿਹੜਾ ਧੱਕਾ ਕਰਦਾ ਕਿਸੇ ਨਾਲ। ਬੇ ਪੁੱਤ, ਜਦੋਂ ਤੂੰ ਘਰੋਂ ਜਾਂਦਾ ਨਾ ਤਾਂ ਮੈਨੂੰ ਬਹੁਤ ਡਰ ਲੱਗਦਾ। ਉਹ ਕੁਛ ਨਹੀਂ ਹੁੰਦਾ ਮੈਨੂੰ, ਤੂੰ ਐਵੇਂ ਨਾ ਡਰਿਆ ਕਰ। ਲੈ ਦੱਸ, ਆਹ ਹੁਣ ਹੰਝੂ ਕੱਢ ਲੈ। ਚੱਲ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ, ਮੈਂ ਨੇਰ ਆਵਾਂ ਸਵੇਰ ਆਵਾਂ, ਜਦੋਂ ਮਰਜ਼ੀ ਆਵਾਂ, ਆਉਂਗਾ ਜ਼ਰੂਰ। ਹੈਲੋ, ਹਾਂਜੀ, ਇੱਕ ਵਾਰੀ ਫੇਰ ਕਿਹੋ ਜੀ। ਉਹ ਕੀ ਹੋ ਗਿਆ, ਕੀ ਕਹਿੰਦਾ ਬਾਈ? ਉਹ ਯਾਰ, ਕੁੜੀ ਜੀ ਬੋਲੀ ਜਾਂਦੀ ਆ ਅੰਗਰੇਜ਼ੀ, ਬੱਟੀ ਤੁਰੀ ਆਉਂਦੀ ਆ ਸੁਣ। ਹੈਲੋ, ਕੰਜਰ ਦਿਆ, ਕੰਪਿਊਟਰ ਬੋਲਦਾ ਇਹ। ਅੱਛਾ ਯਾਰ, ਬਾਈ ਦਾ ਫੋਨ ਸੁੱਚ ਆਫ ਆਈ ਜਾਂਦਾ। ਹੋਰ ਫਿਰ ਮੰਡੀਰ ਪਾਰਟੀ, ਠੀਕ ਠਾਕ ਹੋ? ਗਾਂਧੀ ਬਾਈ ਕਿੱਥੇ ਹੈ? ਮੈਂ ਕਦੋਂ ਦਾ ਫੋਨ ਕਰੀ ਜਾਂਦਾ। ਮੈਂ ਤਾਂ ਆਪ ਕਰੀ ਜਾਂਦਾ ਯਾਰ, ਕੁਝ ਨਹੀਂ ਪਤਾ ਲੱਗ ਰਿਹਾ। ਕੋਈ ਅੰਦਾਜ਼ਾ ਹੈ ਗਿਆ ਕਿੱਥੇ? ਸਤਵੰਤ ਨਹੀਂ ਸੀ ਬਾਈ?
ਉਹੀ ਯਾਰ ਜਿਹੜਾ ਜੇਲ੍ਹ 'ਚ ਆਪਣਾ ਰੋਟੀਆਂ ਖਵਾਇਆ ਕਰਦਾ ਸੀ। ਹਾਂ, ਉਹਦੇ ਮੁੰਡੇ ਨਾਲ ਰੌਲੇ 'ਤੇ ਗਿਆ। ਤੁਹਾਡੇ 'ਚ ਕੋਈ ਨਾਲ ਨਹੀਂ ਗਿਆ? ਅਸੀਂ ਤਾਂ ਸੁੱਤੇ ਪਏ ਸੀ ਯਾਰ, ਇਕੱਲੇ ਹੀ ਲੰਘ ਗਿਆ। ਇਕੱਲੇ ਹੀ ਲੰਘ ਗਿਆ? ਕਮਾਲ ਕਰਦੇ ਹੋ ਯਾਰ ਤੁਸੀਂ, ਅੱਧੇ ਪੰਜਾਬ ਦੇ ਵੈਲੀਆਂ ਨਾਲ ਆਪਾਂ ਦੁਸ਼ਮਣੀ ਮੁੱਲ ਲਈ ਬੈਠੇ ਹਾਂ। ਗਾਂਧੀ ਬਾਈ ਇਕੱਲੇ ਹੀ ਲੰਘ ਗਿਆ, ਤੁਸੀਂ ਇੱਥੇ ਐਂ ਬੈਠੇ ਹੋ ਜਿਵੇਂ ਕੁਛ ਹੋਇਆ ਨਹੀਂ ਹੁੰਦਾ। ਜਿੱਤੇ ਗੱਡੀ ਕੱਢੋ, ਚਲੋ ਸਾਰੇ, ਤੈਨੂੰ ਅੱਡ ਕਹਿਣਾ ਪਊ ਹੁਣ, ਬੈਠੋ ਗੱਡੀ 'ਚ। ਹਾਂ ਚਲੋ ਬਾਈ। ਤੀਰੇ ਕੀ ਹੋ ਗਿਆ? ਬਸ ਬਾਈ, ਇੱਥੋਂ ਤੱਕ ਮੈਂ ਗਾਂਧੀ ਬਾਈ ਦੇ ਨਾਲ ਸੀ, ਇਸ ਤੋਂ ਬਾਅਦ ਕੀ ਹੋਇਆ ਮੈਨੂੰ ਨਹੀਂ ਪਤਾ। ਉਹ ਭੋਲਿਆ, ਸਾਰਿਆਂ ਨੂੰ ਫੋਨ ਕਰਕੇ ਕਹੋ ਕਿ ਗਾਂਧੀ ਬਾਈ ਲਾਪਤਾ ਹੈ। ਉੱਠੋ ਕੰਦਰ ਦਿਓ, ਗਾਂਧੀ ਬਾਈ ਲਾਪਤਾ ਹੋ ਗਿਆ। ਹੋਏ ਤਾਂ ਹੋਣਾ ਹੀ ਸੀ। ਹੈਲੋ, ਹੈ? ਅੱਛਾ, ਹੈਲੋ। ਹਾਂਜੀ ਚਹਿਲ ਸਾਹਿਬ, ਕਿੱਥੇ ਹੋ? ਕੁਛ ਨਹੀਂ ਪ੍ਰਧਾਨ ਜੀ, ਪੁਲਿਸ ਦੀ ਰੂਟੀਨ ਦੀ ਡਿਊਟੀ ਕਰੀ ਜਾਂਦੇ ਆ। ਉਹ ਇੱਕ ਬੁਰੀ ਖਬਰ ਹੈ ਜੀ, ਗਾਂਧੀ ਦਾ ਟ੍ਰੈਪ ਲੱਗ ਗਿਆ, ਉਹ ਲਾਪਤਾ ਹੈ। ਕੀ? ਕਦੋਂ ਹੋਇਆ ਇਹ? ਅੱਜ ਸਵੇਰੇ। ਤੇ ਤੁਸੀਂ ਮੈਨੂੰ ਹੁਣ ਦੱਸ ਰਹੇ ਹੋ? ਉਹ ਮੈਨੂੰ ਤਾਂ ਆਪ ਹੁਣ ਪਤਾ ਲੱਗਿਆ। ਕਿਸੇ ਤੇ ਸ਼ੱਕ? ਸ਼ੱਕ? ਮੈਨੂੰ ਯਕੀਨ ਹੈ ਜੀ, ਇਹ ਕੰਮ ਪਹਿਲਵਾਨਾਂ ਦਾ ਹੀ ਹੈ। ਹੀਰੇ ਵਰਗਾ ਭਰਾ ਹੈ ਮੇਰਾ, ਉਹਨੂੰ ਲੱਭਣ ਲਈ ਮੈਂ ਰਾਤ ਦਿਨ ਇੱਕ ਕਰ ਦੂੰਗਾ। ਜੇ ਤੁਹਾਨੂੰ ਕੋਈ ਖਬਰ ਮਿਲਦੀ ਹੈ ਤਾਂ ਮੈਨੂੰ ਇਮੀਡੀਏਟਲੀ ਇਨਫੋਰਮ ਕਰਿਓ ਜੀ। ਪਾਣੀ 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 ਸਾਲਿਆ, ਤੇਰਾ ਜੀਜਾ ਲੱਗਦਾ ਹੈ, ਹੈਂ? ਤਰ ਉਤਰ। ਸਾਲਿਆ, ਗਾਂਧੀ ਗਾਂਧੀ ਗਾਂਧੀ, ਚਾਰੇ ਪਾਸੇ ਤਰਥੱਲੀ ਮਚਾਈ ਸੀ ਨਾ ਤੂੰ, ਹੂੰ? ਸ਼ੇਰ ਕਹਾਉਂਦਾ ਸੀ ਨਾ ਆਪਣੇ ਆਪ ਨੂੰ, ਦੇਖੋ ਆਹ ਬੰਨਿਆ ਪਿਆ ਵੱਡਾ ਸ਼ੇਰ ਇਸ ਮਰਦ ਨੇ। ਬੰਨੇ ਸ਼ੇਰ ਦੇ ਕੁੱਤੇ ਭੌਂਕਦੇ ਨੇ ਪਹਿਲਵਾਨ, ਕਿਰਾ ਹੱਥ ਖੋਲ, ਤੇਰੀ ਮਰਦ ਹੋਣ ਦੀ ਗਲਤ ਫਹਿਮੀ ਹੁਣੇ ਦੂਰ ਕਰ ਦੋ। ਹੁਣ ਪਤਾ ਲੱਗੂ ਤੈਨੂੰ, ਕੋਈ ਪਾਣੀ ਨਹੀਂ ਪਿਲਾਊਗਾ ਇਸ ਨੂੰ, ਕੋਈ ਪਾਣੀ ਨਹੀਂ ਪਿਲਾਊਗਾ, ਮੈਂ ਮੂਤ ਪਿਲਾਊ ਇਹਨੂੰ, ਮੂਤ। ਸਾਲਿਓ, ਬਸ ਬਲਵੰਤ, ਬਸ ਹੁਣ
तेरी बल्ले बल्ले दी नहीं, तेरी मौत दी खबर छपूगी अखबार च। बल्ले 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 भाई, अखबार से खबर लगी है ओए। अखबार च खबर ही लगदी होंदी और साड़ा टोडे लगदे होंदे ने। ओए अपनी लगी है जिहड़ा पहलवाना तो केबल का कब्जा नहीं छड़ाया दी खन्ने। ओहो और ये दिखाइयो। वाह ये तो कमाल ही होगी। ओ कमाल ता कुड़ी करी जांदी है। ओए तेनू किन्नी बार कहा है तू कुड़ियां दी गल ना करया कर। ओ भाई यार घगरे चोली वाली कुड़ी दी गल नहीं कर रहा, ओ मैं ता गोली चलाउण वाली कुड़ी दी गल कर रहा। आ देख आ देख। अरे उरे फड़ा यार, तेनू किथे पढ़ना आउंदा। लिखिया भाई कुड़ी ने गोली चला के मुंडिया नू मूहरे ला लिया। लै भाई हुण तां कुड़ियां भी अपने काम करन लग गईआं। ऐ शाबाश है भाई, एक गल होर है हुण तां अपने भी कुड़ियां नाल जफ्फे विआह करने। ओए कंजर दिया तैनू तां कुड़ियां भी ढा लिया करनगियां। लै अपने सीआर भाई भी आ गए। जे बदमाशी विच ना बनाउणा है ना तां सिर ते किसे पॉलिटिकल बंदे दा हाथ होना बहुत जरूरी है। भाई भाई पहली गल तां बदमाश ना कह, आ वैली गुंडा गैंगस्टर ਇਹ ਉਹ ਨਾਂ ਨੇ ਜਿਹੜੇ ਲੋਕਾਂ ਨਾਲ ਧੱਕਾ ਕਰਨ ਲਈ ਜਾਣੇ ਜਾਂਦੇ ਨੇ। ਧੱਕਾ ਰੋਕਣ ਲਈ ਵੀ ਤੈਨੂੰ ਧੱਕਾ ਕਰਨ ਵਾਲਿਆਂ ਨਾਲ ਲੜਨਾ ਤਾਂ ਪੈ ਰਿਹਾ ਨਾ, ਅਤੇ ਧੱਕਾ ਹਮੇਸ਼ਾ ਵੱਡੇ ਰਸੂਖ ਵਾਲੇ ਲੋਕ ਕਰਦੇ ਨੇ, ਇਹ ਤਾਂ ਤੈਨੂੰ ਪਤਾ ਹੈ ਨਾ। ਜੇ ਕੱਲ੍ਹ ਨੂੰ ਤੈਨੂੰ ਕਿਸੇ ਵੱਡੇ ਰਸੂਖ ਵਾਲੇ ਬੰਦੇ ਨੇ ਕਿਸੇ ਕੇਸ 'ਚ ਫਸਾ ਤਾ ਤਾਂ ਉਸ ਵਕਤ ਤੇਰੇ ਸਿਰ 'ਤੇ ਕਿਸੇ ਵੱਡੇ ਪੋਲੀਟੀਕਲ ਬੰਦੇ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ ਸੀ ਯਾਰ ਬਾਈ, ਜੇ ਤੂੰ ਕਹਿੰਦਾ ਤਾਂ ਮਿਲ ਲੈਣਾ, ਪਰ ਅਸੂਲਾਂ ਨੂੰ ਛਿੱਕੇ ਟੰਗ ਕੇ ਇਹ ਗੱਲ ਸਿਰੇ ਨਹੀਂ ਚੜ੍ਹਨੀ। ਗਾਂਧੀ ਮਿਲ ਤਾਂ ਆਪਾਂ ਪਹਿਲਾਂ ਵੀ ਸਕਦੇ ਸੀ, ਪਰ ਹਰ ਗੱਲ ਦਾ ਇੱਕ ਸਮਾਂ ਹੁੰਦਾ। ਅੱਜ ਮੈਂ ਤੈਨੂੰ ਆਪਣੇ ਰਾਜਨੀਤਿਕ ਗੁਰੂ ਮੰਤਰੀ ਸ਼ੇਰ ਸਿੰਘ ਨਾਲ ਮਿਲਾਉਣਾ। ਰੁਪਿੰਦਰ ਸਿੰਘ ਗਾਂਧੀ ਖੰਨੇ ਵਾਲਾ। ਵਾਹ, ਇੰਨੀ ਛੋਟੀ ਉਮਰ ਤੇ ਐਡਾ ਵੱਡਾ ਕੱਦ, ਐਡਾ ਵੱਡਾ ਰੁਤਬਾ ਤੇ ਐਡੀ ਵੱਡੀ ਪਹਿਚਾਣ। ਬਹੁਤ ਸੁਣਿਆ ਸੀ MLA ਸਾਹਿਬ ਤੋਂ ਤੇਰੀ ਦਲੇਰੀ ਬਾਰੇ। ਮੈਂ ਤਾਂ ਕਾਇਲ ਹੀ ਹੋ ਗਿਆ। ਸਤਿ ਸ਼੍ਰੀ ਅਕਾਲ। ਬੈਠੋ। ਅੱਜ ਦੀ ਕੜੀ 'ਚ ਰੁਪਿੰਦਰ ਗਾਂਧੀ ਯੂਥ ਆਈਕੋਨ ਹੈ। ਮੰਤਰੀ ਸਾਹਿਬ ਮੈਂ ਵੀ ਕੋਈ ਚੀਜ਼ ਹਾਂ, ਇਹ ਤਾਂ ਮੈਨੂੰ ਅੱਜ ਤੁਹਾਡੇ ਤੋਂ ਪਤਾ ਲੱਗਿਆ ਜੀ। ਬਸ ਜੀ ਜਿੰਨੇ ਕੁ ਜੋਗਾ ਹੈਗਾ ਆਪਣੇ ਯਾਰਾਂ ਦੇ ਸਿਰ 'ਤੇ ਹਾਂ। ਤਾਂਹੀਓ ਤਾਂ ਤੇਰੇ ਯਾਰ ਤੇਰੇ 'ਤੇ ਜਾਨ ਛਿੜਕਦੇ ਨੇ। ਕੋਈ ਖੂਬੀ ਤਾਂ ਹੈ ਨਾ, ਤਾਂਹੀਓ ਤਾਂ ਛਿੜਕਦੇ ਨੇ। ਬੰਦਾ ਚਾਹੇ ਸਹੀ ਹੋਵੇ ਚਾਹੇ ਗਲਤ ਹੋਵੇ, ਜਿਹੜੇ ਮੌਕੇ ਦੇ ਨਾਲ ਖੜ ਜਾਣ ਅਸਲੀ ਯਾਰ ਤਾਂ ਉਹੀ ਹੁੰਦੇ ਨੇ। ਬਸ ਮੇਰੇ ਸਾਰੇ ਯਾਰ ਇਹੋ ਜਿਹੇ ਨੇ ਜੀ। ਬਸ ਇਹੋ ਜਿਹਾ ਸਾਥ ਹੀ ਮੈਂ ਤੇਰੇ ਵੱਲੋਂ ਚਾਹੁੰਦਾ। ਮੈਂ ਤੁਹਾਡੇ ਕੀ ਕੰਮ ਆ ਸਕਦਾ ਜੀ? ਇਹ ਤਾਂ ਵਕਤ ਵਕਤ ਦੀ ਗੱਲ ਹੈ ਗਾਂਧੀ, ਕਦੇ ਤੂੰ ਸਾਡੇ ਕੰਮ ਆਵੇਗਾ ਤੇ ਕਦੇ ਅਸੀਂ ਤੇਰੇ ਕੰਮ ਆਵਾਂਗੇ। ਇਸ ਵਾਰ ਇਲੈਕਸ਼ਨ ਵਿੱਚ ਸਾਡੇ MLA ਸਾਹਿਬ ਨਾਲੋਂ ਸਾਡੀ ਹੀ ਪਾਰਟੀ ਦੇ ਕਿਸੇ ਹੋਰ ਬੰਦੇ ਦੀ ਟਿਕਟ ਲਈ ਦਾਅਵੇਦਾਰੀ ਮਜ਼ਬੂਤ ਹੈ। ਇੱਕ ਤਾਂ ਉਹ ਸਾਡੇ CM ਸਾਹਿਬ ਦੇ ਬਹੁਤ ਨੇੜੇ ਹੈ ਤੇ ਦੂਜਾ ਯੂਨੀਵਰਸਿਟੀਜ਼ ਤੇ ਕਾਲਜਸ ਦੇ ਮੁੰਡਿਆਂ ਤੇ ਉਸਦੀ ਪਕੜ ਬਹੁਤ ਮਜ਼ਬੂਤ ਹੈ। ਪਰ ਇਸ ਵਾਰ ਮੈਂ ਕੁਝ ਇਸ ਤਰ੍ਹਾਂ ਦਾ ਚਾਹੁੰਦਾ ਕਿ ਕੁਝ ਇਸ ਤਰ੍ਹਾਂ ਦਾ ਕੀਤਾ ਜਾਵੇ ਕਿ ਸਾਰੇ ਇਲਾਕੇ ਦੇ ਕਾਲਜ ਤੇ ਯੂਨੀਵਰਸਿਟੀਜ਼ ਵਿੱਚ ਪ੍ਰਧਾਨ ਆਪਣੇ ਮੁੰਡੇ ਬਣ, ਤਾਂ ਕਿ ਇਸ ਵਾਰ ਫਿਰ ਆਪਣੇ MLA ਸਾਹਿਬ ਨੂੰ ਟਿਕਟ ਮਿਲੇ। MLA ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ ਜੀ ਮੈਂ ਕੋਈ ਨਜਾਇਜ਼ ਕੰਮ ਨਹੀਂ ਕਰਦਾ। ਨਜਾਇਜ਼ ਕੰਮ ਕਰਨ ਨੂੰ ਤੈਨੂੰ ਕਹਿੰਦਾ ਵੀ ਕੌਣ ਹੈ, ਨਾਲੇ ਆਪਾਂ ਵੀ ਤਾਂ ਜਿੱਤ ਕੇ ਲੋਕ ਭਲਾਈ ਦੇ ਕੰਮ ਹੀ ਕਰਨੇ ਆ।
क्यों मंत्री साहब? ठीक है मंत्री साहब, फिर तुसी कम हो गया समझो। सत श्री अकाल। सत श्री अकाल। सत श्री अकाल। सत श्री अकाल। अग है मुंडे च, बहुत दूर तक जाएगा। क्यों बोलिया लोटा? वे पोस्टर ला लें दे। आ जाओ भाई लागे। हाँ भाई लागे। आज तो इस कॉलेज का प्रधान की नाम वीरे तेरा? लखविंदर सिंह। लखविंदर सिंह है। किसे नु कोई तकलीफ है? जे किसे नु कोई तकलीफ है ता हुणे मेरे नाल गल कर सकदा है। गांधी भाई जिंदाबाद। गांधी भाई जिंदाबाद। ओए। उधर की पुछदा, इधर गल कर। ओए तेरा इलाका नहीं जिथे तू धक्का करी जावे। धक्का करन दा स्वाद ही दूजे दे इलाके च आउंदा। फिर इस बार तू गलत पंगा ले लिया गांधी। इस कॉलेज तो सीधा तू डीएमसी जाएगा। ए तां हुणे पता लग जांदा कौन डीएमसी जांदा है। आ जा। चलो सिट लो सड़ा नू। पासे हट जो, नहीं गड़ासा कमा दूं मैं। कमा कमावा फिर तू कमा कमाता। ओ खड़ जा यार होना जा। Ah!
चल जा। ओ त्रिलोक ठोके दे। भाई माफ कर दे, भाई माफ कर दे, भाई माफ कर दे। डीएमसी कौन जाऊ? मैं जाऊंगा भाई डीएमसी, बस इस बार छोड़ दे भाई। आज तो इस कॉलेज का प्रधान गुरदीप सिंह है। और 40-50 बंदे नाल की हुंदा ओए? और रैली ते जाना कोई व्याह ते मेल लेके नहीं चले। हर गल समझाणी पैंदी आ तुहानू। छेती इंतजाम करो जल्दी। गांधी भाई जिंदाबाद, गांधी भाई जिंदाबाद, गांधी भाई जिंदाबाद, मंत्री शेर सिंह जिंदाबाद, मंत्री शेर सिंह जिंदाबाद, मंत्री शेर सिंह जिंदाबाद, मंत्री शेर सिंह जिंदाबाद। Blaze the fire, come make we burn Babylon. Blaze it, blaze it, blaze it, blaze it, blaze the fire, come make we burn Babylon. Blaze it, blaze it, blaze it, Babylon. Bairn ji, izzat de naal. Haan bhai, tu bol. Main aaj to baad sari kudiyan nu bairn ji kahun. जे तू सारयां नूं भैण जी कहेगा ब्याह तू एदे नाल कराएगा। मैं अपने ब्याह ली कुड़ी नूं छड्ड के हरेक कुड़ी नूं भैण जी कहूं। मतलब आपां हरकतां तों बाज नहीं आउणा। हाथ थल्ले कर। स्टाइलो अपने कॉलेज आउटसाइडर बड़े फिरदे ने। अपने कॉलेज आउटसाइडर? हां मैं आप देखे ने। तू चल मैं आई। तैनू की लगदा सी तू बच जाएगा? स्टेलो गैंग ओ हेलो, है कौन तू? पोस्टर को पाड़िया? अच्छा की हो गया पिंकी? की गल हो गई? पोस्टर पाड़िया अपनी पार्टी दे। ओए तेरी हिम्मत किवें हुई पोस्टर नु हाथ लाउण दी? चिप गया जी। अच्छा ओ फेविकोल लाउणा पऊ। फड़ जा तेरी तां मैं दसदी आ पोस्टर फाड़न दा पता। ओ भाई चला ओ कुड़ी आ गई मेनू। तू फिर कुड़ी छड़ गया? ना ओ तां पहले ही छड़ी हुई ने। इधर आ चिंपैंजी जिया, तेरी हिम्मत किवें हुई साडी पार्टी दे पोस्टर फाड़न दी? तेरा नाम किवें पता इनू? बाहर निकल हुण, पीछे को लुकी जाना है। चल डरदा क्यों है, गल कर। देखो जी गल सुनो मेरी, गांधी ग्रुप का एक असूल है कि औरतों के कदे हाथ नहीं चकते। थोड़ा भी कोई असूल बनता कि नहीं? नाले बहुत इज्जत है मेरी गांधी ग्रुप च। चाहे गांधी भाई ने पूछ लो। भाई दसी माड़ा गया ओए, दसता सही ओए, वो गल तो कर। मैं चलो चलो साड़े पोस्टर पाड़ के चले गए ते तू कुछ क्या ही नहीं सुनया? नहीं उसने की कहा गांधी? गांधी भाई आंखें खोलो गांधी भाई। लो दूध पियो। हम तो आपको जानते नहीं गांधी भाई, मगर एक इंसान होने के नाते हमसे आपके दुख नहीं देखा जाता। भाई जी भाई जी मैं समझ नहीं आती तुम्हें क्यों फट के रखा हुआ, ठोक के भरा करो। ओदा जिले की मंडीर ने इन लभन लिए तरथली मचा रखी है। पूंडा दे खखर नू हाथ पाया, तरथली तो मचनी होती। हेलो
अपने सारे मुंडिया कह दो कि जिले का चप्पा चप्पा छान मारन। हाँ, पहलवाना का कोई भी टिकाणा बचना नहीं चाहिए। हाँ हाँ, एदा पता करो जी। हाँ, हाँ भी लग गया कुछ पता? नहीं प्रधान साहब, असी तो पहलवाना का कला कला टिकाणा गाता पर भाई नहीं लभ्या। मेरी SP नाल गल हुई है, वह भी अपना पूरा जोर ला रहे ने। एक गल तो पक्की है, कल्ले पहलवाना की इन्नी हिम्मत नहीं हो सकती, जरूर उन्हां दी पिठ पिछे किसी पावरफुल बंदे का हाथ है। ਕਿਵੇਂ ਬੇਚੈਨ ਜਿਹਾ ਹੋਇਆ ਪਿਆ? ਯਕੀਨ ਨਹੀਂ ਆਉਂਦਾ ਵੀ ਇਹ ਉਹੀ ਗਾਂਧੀ ਹੈ ਜਿਹਨੂੰ ਵੇਖ ਕੇ 100-100 ਬੰਦਾ ਰਾਹ ਛੱਡ ਜਾਂਦਾ ਸੀ। ਬਈ ਘੱਟੋ ਘੱਟ 100 ਜਾਣਾ, ਡਲਣ 'ਚ ਹੀ ਫਾਇਦਾ ਹੈ। ਐਂ ਕਰੋ ਫਿਰ, ਖਿੰਡ ਕੇ 'ਚ ਲੰਘ ਜਾਓ ਸਾਰੇ, ਆਪਣੇ ਟਿਕਾਣੇ 'ਤੇ ਮਿਲਦੇ ਹਾਂ। ਚਲੋ ਤੁਸੀਂ ਠੀਕ ਹੈ ਬਈ। दीदी लगता प्रिंसिपल नाल ही गल करनी पैनी है। तू फिकर ना कर, मैं गल कर दी हूं प्रिंसिपल नाल। की नाम दस्या? दीदी RP शुक्ला। गांधी? गांधी नहीं दीदी, RP शुक्ला। तू चुप कर पिंकी, ओ देख गांधी। यार गांधी है तो फिर की, चल ओदा काम करवाइए ते चलिए। काम तो हुण गांधी करू, नाले जिथे गांधी उथे तो एक्शन पक्का ही हो। पासे हट जा। चेयरमैन देख लेना था। ओए अपार्टमेंट केड़ा तेरा? ओए अपना आई कार्ड बखा। ओ सुनया नहीं तेनू, आईडी कार्ड कड। खड़ जो, नहीं गोली कर दूं बच दे। ओ देख दे की हो, चक लो साले नू। ओ भाई है जे जेब कतरे दा की पता, जेब च कट्टा कुट्टा लई फिरदा हुंदा, एवी ठोक दूंगा। ओ भाई बचाला, ओए नहीं रगड़ देणगे मैनू। ओ हुण आ कौन आ? हाथ पाउण तो पहला एक गल सोच लियो, गांधी हाँ मैं, खन्ने आला। चल पिंकी, चलिए जाना। चल 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 चल। दीदी शुक्ला, ओ गोली मार तेरे शुक्ले नु, इथे किथे मेरा गांधी ना निकल जावे। ओ जीते किथे हो यार, आ जाओ यार, गेट ते खड़े हां सी। ओ यार गड्डी खराब हो गई, हैरी लग गया हा ठीक करना। ओ हां उस्ताद, किन्ना का टाइम लगू? बड़े दा पंप बह गया, टाइम लगू यार। ले कहंदा पंप बह गया, टाइम लग जू। ऐ करो तुसी पहुंचो टिकाणे ते, असी पहुंचदे फिर इधरों। ओ तां कहंदा गड्डी खराब हो गई।
चल करदे आ फिर कोई ना कोई जुगाड़ आपां जाण दा। भाई जद मुंडिया ने घेरिया ना हां तां लग्या साक्षात यमराज आ गया होवे ते मैनूं कहिंदा मैं क्या जी चलना है हाय ओए लेडी यमराज इत्थों 5 किलोमीटर तक कोई भी सवारी नहीं मिलनी आ जो ले चलदे आ भाई ओए तां कहना चलदे आ यार ਉਹ ਵੀ ਧੁੱਪ ਜੀ ਖਾਸੀ ਜੀ ਹੋਈ ਪਈ ਆ ਚੱਲ ਭਾਈ ਚੱਲ ਯਾਰ ਸੋਲਿਆ ਤੈਨੂੰ ਜਾਨ ਤੋਂ ਮਾਰ ਦੂੰ ਉਹ ਤੂੰ ਮਾਰ ਹੀ ਨਹੀਂ ਪਰ ਤੂੰ ਚੱਲ ਚੱਲ ਪੂਰੇ ਬੈਠ ਤੁਸੀਂ ਤਾਂ ਕੁਛ ਬੋਲਦੇ ਹੀ ਨਹੀਂ ਹੋ ਕੁਛ ਆਪਣੀ ਦੱਸੋ ਕੁਛ ਸਾਡੀ ਪੁੱਛੋ ਸੋਡਾ ਨਾਮ ਕੀ ਹੈ ਜੀ ਓਹੋ ਨਹੀਂ ਹੁਣੇ ਹੀ ਵੱਜਣਾ ਸੀ ਸੁਣੋ ਜੀ ਹਾਂਜੀ ਤੁਹਾਡਾ ਸਮਾਨ ਡਿੱਗ ਪਿਆ ਸੀ ਹੈ ਜੀ ਹਾਂ ਸਾਂ ਮੈਨੂੰ ਮੇਰਾ ਨਹੀਂ ਹੈਗਾ ਜੀ ਮੈਨੂੰ ਕੀ ਪਤਾ ਕੀਤਾ ਇਹ ਤਾਂ ਗਾਂਧੀ ਬਾਈ ਦਾ ਵੀ ਨਹੀਂ ਹੈ ਜਿਹੜਾ ਮੁੰਡਾ ਜੀਤਾ ਨੀ ਜੀ ਉਹਦਾ ਇਹ ਤਾਂ ਮੈਂ ਤਾਂ ਕਦੇ ਦੇਖਿਆ ਵੀ ਨੀ ਪਤਾ ਨੀ ਸਾਲੇ ਕੀ ਗੰਦ ਮੰਦ ਦਿਖਾਈ ਜਾਂਦੇ ਆ ਮੈਂ ਤਾਂ ਕਦੇ ਮੂੰਹ ਤੱਕ ਨੀ ਲਾਇਆ ਇਹਨਾਂ ਨੂੰ ਮੈਨੂੰ ਕੀ ਪਤਾ ਇਹਨਾਂ ਦਾ ਜਿਹਨੂੰ ਬੁਲਾ ਰਹੀ ਹਾਂ ਉਹ ਬੋਲਦਾ ਨਹੀਂ ਹੈ ਤੇ ਇਹਨੇ ਘੰਟੇ ਦੀ ਚੂ ਚੂ ਲਾ ਰੱਖੀ ਹੈ ਹਾਏ ਰੱਬਾ ਤੁਸੀਂ ਤਾਂ ਜਮਾਂ ਹੀ ਨਹੀਂ ਬੋਲਦੇ ਅੱਛਾ ਚਲੋ ਜੇ ਤੁਸੀਂ ਕੁਛ ਪੁੱਛਣਾ ਹੀ ਨਹੀਂ ਮੈਂ ਆਪ ਹੀ ਦੱਸ ਦਿੰਦੀ ਹਾਂ ਮੈਨੂੰ ਮੋਗੇ ਵਾਲੀ ਵੈਲਣ ਕਹਿੰਦੇ ਨੇ ਗੱਡੀ ਰੋਕੋ ਕੀ ਹੋਇਆ ਗੱਡੀ ਰੋਕੋ ਗੱਡੀ ਰੋਕੋ ਮੁਲਾਕਾਤ ਅਧੂਰੀ ਛੱਡ ਕੇ ਜਾਓਗੇ ਦੁਬਾਰਾ ਕਦੋਂ ਮਿਲੋਗੇ ਕੁੜੀਆਂ ਨੂੰ ਨਾ ਤਾਂ ਹਥਿਆਰ ਸੋਭਦੇ ਨੇ ਤੇ ਨਾ ਹੀ ਆ ਪਹਿਰਾਵਾ ਰਹੀ ਗੱਲ ਮਿਲਣ ਦੀ ਕਦੇ ਨਹੀਂ ਚਲੋ ਬੋਲੇ ਓਏ ਪਿੰਡ ਕਿਹੜਾ ਇਹਦਾ ਤੁਹਾਡੇ ਸੂਲੜੇ ਪਿੰਡ ਦਾ ਹੀ ਹੈ ਜੀ ਉਹ ਹਾਂਜੀ ਹਾਂ ਆਪਣੇ ਸ਼ਰੀਕੇ ਚੋਂ ਹੀ ਹੈ ਬੜਾ ਨੇਕ ਦਿਲ ਮੁੰਡਾ ਇੰਨਾ ਨੇਕ ਦਿਲ ਮੁੰਡਾ ਚਾਚਾ ਜੀ ਉਹਨਾਂ ਗਲਤ ਬੰਦਿਆਂ ਨਾਲ ਕਿਵੇਂ ਰਲ ਗਿਆ ਅੱਜ ਦੀ ਯੂਥ ਦਾ ਆਈਕੋਨ ਆ ਗਾਂਧੀ ਤੁਸੀਂ ਉਸ ਨੂੰ ਕਹੋ ਸਾਡੇ ਨਾਲ ਆਵੇ ਉਹ ਮਿਲ ਕੇ ਕੋਈ ਭਲਾਈ ਦੇ ਕੰਮ ਕਰਾਂਗੇ ਫਿਰ ਕੀ ਫਿਰ ਚੱਕਤੇ ਫੱਟੇ ਭਾਈ ਅੱਜ ਭੋਲੇ ਦੀ ਬੋਲਤੀ ਕਿਉਂ ਬੰਦਾ ਜਿਹਦੇ ਹਲਕ ਨੂੰ ਮੌਤ ਦੀ ਮਤਲਬ ਪਿਸਤੌਲ ਦੀ ਨਾਲ ਹੀ ਲੱਗੀ ਹੋਵੇ ਬੋਲਦੀ ਤਾਂ ਆਪੇ ਬੰਦ ਹੋਣੀ ਹੈ ਕਿਉਂ ਬੋਲੇ ਇਹੋ ਜਿਹਾ ਕੀ ਹੋ ਗਿਆ ਬਾਈ ਇਹਦੋ ਹੀ ਪੁੱਛ ਲੈ ਲੋਕ ਤਾਂ ਮੌਤ ਦੇ ਮੂੰਹ ਚ ਮੁੜਦੇ ਨੇ ਮੌਤ ਮੇਰੇ ਮੂੰਹ ਚ ਮੁੜੀ ਹੈ ਤੂੰ ਵੀ ਤਾਂ ਸਾਲਿਆ ਛਾਲਾਂ ਮਾਰ ਮਾਰ ਜੀਪ ਚ ਬਹਿੰਦਾ ਸੀ ਇਹੋ ਜਿਹੀ ਗੱਲ ਨਹੀਂ ਬਾਈ ਵੈਸੇ ਸਟੈਲੋ ਨੇ ਹੱਥ ਤਾਂ ਤੀਰਾ ਵੀ ਫੜ ਲਿਆ ਸੀ ਉਹ ਯਾਰ ਬਾਕੀ ਗੱਲ ਤਾਂ ਠੀਕ ਹੈ ਪਰ ਸਟੈਲੋ ਕੌਣ ਹੈ ਮਾਈਸੈਲਫ ਸਟੈਲੋ ਕੌਰ ਨਹੀਂ ਸਤਵਿੰਦਰ ਕੌਰ ਸਹੀ ਕਹਿੰਦਾ ਸੀ ਉਹ ਕੁੜੀਆਂ ਤਾਂ ਐਵੇਂ ਫੱਬਦੀਆਂ ਨੇ ਓਏ ਹੋਏ ਉਹਦੇ ਇੱਕ ਵਾਰੀ ਕਹਿਣ ਤੇ ਸੂਟ ਪਾ ਲਿਓ ਨੀ ਮੈਂ ਲੱਗੀਆਂ ਦੇ ਬੋਲ ਪੁਗਾਵਾਂ ਜੇ ਇੱਕ ਵਾਰੀ ਕਹਿ ਦੇ ਹੱਸ ਕੇ ਤੂੰ ਤਾਂ ਐਵੇਂ ਕੰਬਲੀ ਹੋਈ ਫਿਰਦੀ ਹੈ ਮੈਂ ਸੁਣਿਆ ਉਹ ਹਰ ਕੁੜੀ ਨੂੰ ਭੈਣ ਕਹਿ ਦਿੰਦਾ ਜੇ ਕਿਤੇ ਤੈਨੂੰ ਵੀ ਗੋਲੀ ਨਾ ਮਾਰ ਦੂੰਗੀ ਉਹਨੂੰ ਲੈ ਆ ਗਈ ਸਤਵਿੰਦਰ ਕੌਰ ਤੋਂ ਫੇਰ ਸਟੈਲੋ ਜੇ ਇੰਨੀ ਤੜਪ ਹੈ ਗੱਲ ਕਰਨ ਦੀ ਤਾਂ ਗੱਲ ਕਿਉਂ ਨਹੀਂ ਕਰ ਲੈਂਦੀ ਉਹਦੇ ਨਾਲ ਲੈ ਕਰ ਲੈ ਗੱਲ ਲੈ ਲਿਆ ਸੀ ਨੰਬਰ ਤੇਰੇ ਲਈ ਉਹ ਇਹ ਜੀ ਗੱਲ ਨਹੀਂ ਪਿੰਕੀ ਪਿੱਛੇ ਤਾਂ ਮੈਂ ਆਪਣੀ ਜਾਨ ਵੀ ਦੇ ਦੂੰ ਤੂੰ ਤੂੰ ਤਾਂ ਕਿਸੇ ਨੂੰ ਜਰਦੇ ਦੀ ਚੂੰਡੀ ਨਹੀਂ ਦਿੰਦਾ ਸਾਲਾ ਜਾਨ ਕਿੱਥੋਂ ਦੇਵੇਂਗਾ ਕਿੱਥੇ ਵੱਜੀ ਜਾਂਦਾ ਹੈਲੋ ਕੌਣ ਚਿੰਪੈਂਜ਼ੀ ਹਾਂਜੀ ਹਾਂਜੀ ਬਾਈ ਕਿੱਥੇ ਤੇਰਾ ਇੱਥੇ ਹੀ ਹੈ ਕਰਾ ਫਿਰ ਗੱਲ ਕਰਾ ਦਿੰਦਾ ਬਾਈ ਫੋਨ ਹੈ ਤੇਰਾ ਕੌਣ ਹੈ ਤੂੰ ਹੀ ਪੁੱਛ ਲੈ ਹੈਲੋ ਹੈਲੋ ਜੀ
ਤੁਹਾਨੂੰ ਮੇਰਾ ਨੰਬਰ ਕਿਹਨੇ ਦਿੱਤਾ? ਜਿਨ੍ਹਾਂ ਨੇ ਗੱਲ ਕਰਨੀ ਹੁੰਦੀ ਹੈ ਨੰਬਰ ਤਾਂ ਉਹ ਆਪੇ ਹੀ ਲੱਭ ਲੈਂਦੇ ਨੇ। ਵੈਸੇ ਕੱਲ ਤੁਸੀਂ ਮਿਲਣ ਬਾਰੇ ਕੁਝ ਸੋਚਿਆ? ਤੁਹਾਨੂੰ ਇੱਕ ਵਾਰ ਕਹੀ ਗੱਲ ਸਮਝ ਨਹੀਂ ਆਉਂਦੀ ਸ਼ਾਇਦ। ਮੈਂ ਫੇਰ ਵੀ ਨਾ ਲੇਕ ਦੇ ਉੱਪਰ ਵਾਲੇ ਗਾਰਡਨ 'ਚ ਤੁਹਾਡਾ ਇੰਤਜ਼ਾਰ ਕਰੂੰਗੀ। ਮੈਂ ਤੁਹਾਨੂੰ ਇੱਕ ਵਾਰ ਕਹਿਤਾ ਨਾ ਕਿ ਕਦੇ ਨਹੀਂ। ਮਿਸਟਰ ਰੁਪਿੰਦਰ ਗਾਂਧੀ, ਤੈਨੂੰ ਸ਼ਾਇਦ ਪਤਾ ਨਹੀਂ ਕਿ ਲੋਕੀ ਮੈਨੂੰ ਮੋਗੇ ਵਾਲੀ ਵੈਲਣ ਦੇ ਨਾਮ ਨਾਲ ਜਾਣਦੇ ਨੇ। ਤੇ ਜੇ ਤੂੰ ਕੱਲ ਨਾ ਆਇਆ ਨਾ, ਇਹ ਵੈਲਣ ਤੇਰੇ ਘਰ ਪਹੁੰਚ ਜੂਗੀ। ਰਸੁਲੜਾ ਪਿੰਡ ਹੈ ਨਾ ਤੇਰਾ? ਠੀਕ ਹੈ, ਕੱਲ ਮਿਲਦੇ ਹਾਂ। ਵੈਲੀ ਤਾਂ ਬਹੁਤ ਠੀਕ ਕਰੇ ਨੇ, ਲੱਗਦਾ ਹੁਣ ਇਹ ਵੈਲਣ ਵੀ ਠੀਕ ਕਰਨੀ ਪੈਣੀ ਹੈ। ਪੈਂਦੀ ਮੱਠੀ ਮੱਠੀ ਪੂਰ ਵਿੱਚ ਪਿੱਛੇ ਤੇਰੀ ਹੂਰ, ਪੈਂਦੀ ਮੱਠੀ ਮੱਠੀ ਪੂਰ ਵਿੱਚ ਪਿੱਛੇ ਤੇਰੀ ਹੂਰ, ਮੱਠੀ ਮੱਠੀ ਪੂਰ ਵਿੱਚ ਪਿੱਛੇ ਤੇਰੀ ਹੂਰ, ਕੱਖਾਂ ਥੱਲੇ ਨਾ ਟਿਕਣ ਅੰਗਿਆਰੀਆਂ ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ, ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ, ਬੁੱਕਲਾਂ ਕੰਬਲ ਦੀਆਂ ਮਾਰੀਆਂ, ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ। ਹਥਿਆਰ ਨਛਾਵਰ ਕਰਦੇ ਵੇ ਜਾਂ ਕਦਮਾਂ ਥੱਲੇ ਧਰਦੇ ਵੇ, ਤੂੰ ਹੋਰ ਕੀ ਸਾਥੋਂ ਚਾਹੁੰਦਾ ਏ ਪਾਣੀ ਉਮਰਾਂ ਦੇ ਲਈ ਭਰਦੇ ਵੇ। ਮੈਂ ਹਥਿਆਰ ਨਛਾਵਰ ਕਰਦੇ ਵੇ ਜਾਂ ਕਦਮਾਂ ਥੱਲੇ ਧਰਦੇ ਵੇ, ਤੂੰ ਹੋਰ ਕੀ ਸਾਥੋਂ ਚਾਹੁੰਦਾ ਏ ਪਾਣੀ ਉਮਰਾਂ ਦੇ ਲਈ ਭਰਦੇ ਵੇ। ਸੰਗਲੇ ਤੇਰੇ ਤੋਂ ਵਾਰੀਆਂ ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ, ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ, ਬੁੱਕਲਾਂ ਕੰਬਲ ਦੀਆਂ ਮਾਰੀਆਂ, ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ। ਪਿਆਰਾਂ ਦੀ ਨਾ ਗੂੜੀ ਨੀਂਦ ਚੰਦਰਿਆ ਸੋਨੀਆ, ਮੈਨੂੰ ਖੁਦ ਕੋਲੋਂ ਸੰਗ ਆ ਜਾਵੇ ਵੇ ਜਦ ਸ਼ੀਸ਼ੇ ਮੂਰੇ ਆਉਨੀਆ। ਕੈਸੀ ਲੱਗੀ ਲੱਤ ਪਿਆਰਾਂ ਦੀ ਨਾ ਗੂੜੀ ਨੀਂਦ ਚੰਦਰਿਆ ਸੋਨੀਆ, ਮੈਨੂੰ ਖੁਦ ਕੋਲੋਂ ਸੰਗ ਆ ਜਾਵੇ ਵੇ ਜਦ ਸ਼ੀਸ਼ੇ ਮੂਰੇ ਆਉਨੀਆ। ਚਿੱਤ ਲੈਣ ਨੂੰ ਨਾ ਕਰ ਫੁਲਕਾਰੀਆਂ, ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ, ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ, ਬੁੱਕਲਾਂ ਕੰਬਲ ਦੀਆਂ ਮਾਰੀਆਂ, ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ। ਅੱਜ ਮਾਣ ਸਾਹਾਂ ਅੱਜ ਅਸਲ ਟਿਕਾਣੇ ਲਾ ਦੇਵੇ ਨਾ ਭਟਕੇ ਹੋਏ ਰਾਹੀਆਂ ਨੂੰ, ਅੱਜ ਮਾਣ ਸਹਾਂ ਗਰਮਾਈਆਂ ਨੂੰ ਅੰਜਾਮ ਦੇ ਨਾ ਤਬਾਈਆਂ ਨੂੰ, ਅੱਜ ਅਸਲ ਟਿਕਾਣੇ ਲਾ ਦੇਵੇ ਨਾ ਭਟਕੇ ਹੋਏ ਰਾਹੀਆਂ ਨੂੰ। ਗਈਆਂ ਟੱਪ ਵੇ ਪਿੰਡਾਂ ਦੀਆਂ ਲਾਰੀਆਂ, ਬੁੱਕਲਾਂ ਕੰਬਲ ਦੀਆਂ ਮਾਰੀਆਂ, ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ, ਬੁੱਕਲਾਂ ਕੰਬਲ ਦੀਆਂ ਮਾਰੀਆਂ, ਵਿੱਚ ਬੁੱਕਲਾਂ ਕੰਬਲ ਦੀਆਂ ਮਾਰੀਆਂ। ਓ ਹੈਲੋ, ਕਿੱਧਰ? ਹੈਲੋ, ਕਿੱਧਰ? ਕੁੜੀ ਨਾਲ ਗੱਲ ਕਰਨ ਆਏ ਆ, ਬੰਦਾ ਕੁੱਟਣ ਨਹੀਂ, ਇੱਧਰ ਆ ਕੇ ਖੜੋ। ਓਕੇ। ਇਹ ਮਜ਼ਾਕ ਸਮਝਦਾ?
ਸਤਿ ਸ਼੍ਰੀ ਅਕਾਲ ਜੀ। ਸਰਦਾਰ ਜੀ ਲੇਟ ਹੋ ਤੁਸੀਂ। ਹਾਂਜੀ 5 ਕੁ ਮਿੰਟ ਲੇਟ ਹਾਂ ਜੀ। ਉੱਧਰ ਜਾ ਕੇ ਗੱਲ ਕਰਦੇ ਹਾਂ ਆਪਾਂ। ਆਏ ਓਏ ਪਿੰਕੀ ਇਕੱਲੀ ਆ ਓਏ, ਮੈਂ ਜਾ ਕੇ ਆਉਣਾ, ਮਗਰ ਨਾ ਆ ਜਾ ਕੋਈ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਆ ਨਾ ਜੀ ਕਾਮਯਾਬ ਬੰਦੇ ਪਿੱਛੇ ਨਾ ਔਰਤ ਦਾ ਹੱਥ ਹੁੰਦਾ। ਮੈਨੂੰ ਪੱਕਾ ਪਤਾ ਜੀ ਤੁਸੀਂ ਮੈਨੂੰ ਬਹੁਤ ਕਾਮਯਾਬ ਕਰੋਗੇ। ਰਾਤੀ ਮੈਨੂੰ ਨਾ ਇੱਕ ਸੁਪਨਾ ਆਇਆ ਜੀ। ਆਪਾਂ ਦੋਵੇਂ ਪਾਰਕ 'ਚ ਬੈਠੇ ਹਾਂ, ਉੱਥੇ ਨਾ ਠੰਡੀ ਠੰਡੀ ਹਵਾ ਚੱਲ ਰਹੀ ਆ, ਮੀਂਹ ਹਲਕਾ ਹਲਕਾ ਪੈ ਰਿਹਾ, ਮੇਰੀ ਜੇਬ 'ਚ ਜਰਦਾ ਡਿੱਗ ਗਿਆ, ਤੁਸੀਂ ਚੱਕ ਕੇ ਭੱਜ ਲਏ ਜੀ, ਮੈਂ ਪਿੱਛੇ ਪਿੱਛੇ ਜਾ ਰਿਹਾ। ਦੇਖ ਮੈਂ ਤੇਰੇ ਲਈ ਸਭ ਕੁਝ ਬਦਲ ਦਿੱਤਾ, ਕਿਵੇਂ ਦੀ ਲੱਗ ਰਹੀ ਹਾਂ ਮੈਂ? ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਮੇਰੀ ਗੱਲ ਮੰਨੀ। ਇੱਕ ਗੱਲ ਕਹਾਂ ਜੀ, ਬੈਲਣ ਕਹਾਉਣਾ ਵੀ ਕੋਈ ਬਾਹਲੀ ਮਾਣ ਵਾਲੀ ਗੱਲ ਨਹੀਂ। ਅੱਜ ਕੱਲ੍ਹ ਨਾ ਲੋਕਾਂ ਨੇ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਔਖਾ ਕੀਤਾ ਹੋਇਆ। ਮੈਂ ਤਾਂ ਬਸ ਆਪਣੀ ਰਾਹ ਬਦਲੀ ਸੀ ਤੇ ਹਥਿਆਰ ਚੁੱਕ ਲਏ। ਲੋਕਾਂ ਨੇ ਮੈਨੂੰ ਵੈਲਣ ਕਹਿਣਾ ਸ਼ੁਰੂ ਕਰ ਦਿੱਤਾ। ਤੂੰ ਦੱਸ ਇਹ 'ਚ ਕਸੂਰ ਕੀ ਹੈ ਮੇਰਾ? ਚੱਲ ਛੱਡ, ਤੂੰ ਦੱਸ ਤੂੰ ਮੇਰੇ ਬਾਰੇ ਕੀ ਸੋਚਦਾ? ਮੇਰੀ ਸੋਚ ਤੁਹਾਡੇ ਲਈ ਵੀ ਉਹੀ ਹੈ ਜੀ ਜੋ ਬਾਕੀ ਕੁੜੀਆਂ ਲਈ ਹੈ। ਮੈਂ ਸਾਰੀਆਂ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ, ਤੁਹਾਡੀ ਵੀ ਉਨੀ ਇੱਜ਼ਤ ਹੈ ਮੇਰੇ ਦਿਲ 'ਚ। ਤੁਸੀਂ ਮੇਰੇ ਬਾਰੇ ਸੋਚਣਾ ਛੱਡ ਦਿਓ। ਮੈਂ ਤਾਂ ਸੁਣਿਆ ਸੀ ਗਾਂਧੀ ਬੁਰੇ ਲੋਕਾਂ ਦੀਆਂ ਹੱਡੀਆਂ ਤੋੜਦਾ, ਪਰ ਕਿਸੇ ਸੱਚੇ ਦਾ ਦਿਲ ਨਹੀਂ। ਦਿਲ ਤਾਂ ਟੁੱਟਦਾ ਨਾ ਜੋ ਕੋਈ ਵਾਅਦਾ ਕਰਿਆ ਹੋਵੇ। ਮੈਂ ਕਿਹੜਾ ਕੋਈ ਵਾਅਦਾ ਕਰਿਆ ਤੁਹਾਡੇ ਨਾਲ? ਠੀਕ ਆ, ਤੂੰ ਅੱਜ ਕੋਈ ਵਾਅਦਾ ਨਾ ਕਰ, ਪਰ ਮੈਂ ਤੇਰਾ ਇੰਤਜ਼ਾਰ ਕਰੂੰਗੀ। ਤੇਰੀ ਜ਼ਿੰਦਗੀ ਵਿੱਚ ਵੀ ਕਦੇ ਨਾ ਕਦੇ ਕੋਈ ਨਾ ਕੋਈ ਕੁੜੀ ਤੇ ਜ਼ਰੂਰ ਆਊਗੀ, ਤੇ ਜੇ ਉਹ ਕੁੜੀ ਇਹ ਸਤਿੰਦਰ ਕੌਰ ਤੋਂ ਇਲਾਵਾ ਕੋਈ ਵੀ ਹੋਰ ਹੋਈ ਨਾ, ਗੋਲੀ ਮਾਰ ਦੂੰ ਤੈਨੂੰ ਵੀ ਤੇ ਉਹਨੂੰ ਵੀ। ਸਤਿ ਸ਼੍ਰੀ ਅਕਾਲ। ਗਾਂਧੀ ਭਾਈ ਗੱਲ ਕਹਾਂ, ਤੂੰ ਵੀ ਕਮਾਲ ਦਾ ਬੰਦਾ, ਸੋਹਣੀਆਂ ਸੋਹਣੀਆਂ ਕੁੜੀਆਂ ਦੇ ਦਿਲ ਤੋੜਨ ਲੱਗਿਆ ਨਾ, ਮਿੰਟ ਲਾਉਣਾ। ਉਹ ਤੂੰ ਬਸ ਕਰ, ਮੈਂ ਤਾਂ ਕਹਿੰਦਾ ਕੁੜੀਆਂ ਨਾਲ ਹੋਣਾ ਹੀ ਐ ਚਾਹੀਦਾ। ਜਿਹੜਾ ਬੰਦਾ ਪਿਆਰ ਦੀ ਕਦਰ ਨਹੀਂ ਨਾ ਕਰਦਾ ਉਹਦੇ ਤਾਂ ਫਿਰਦੀਆਂ ਨੇ ਮਗਰ ਮਗਰ। ਜਿਹੜਾ ਮੇਰੇ ਵਰਗਾ ਵਿਚਾਰਾ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਭਰਿਆ ਹੋਇਆ ਉਹਦੇ ਕੰਨੀ ਤਾਂ ਇਹ ਝਾਕਦੀਆਂ ਵੀ ਨਹੀਂ। ਉਹ ਤੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਨਹੀਂ ਜੱਤ ਨਾਲ ਭਰਿਆ ਹੋਇਆ, ਤਾਂ ਹੀ ਤਾਂ ਲੋਕ ਤੈਨੂੰ ਚਿੰਪਾਂਜੀ ਕਹਿੰਦੇ ਨੇ। ਬਸ ਓਏ ਜ਼ਿਆਦਾ ਜਬਲੀਆਂ ਨਾ ਮਾਰ, ਗਾਂ ਦੇਖ ਕੇ ਗੱਡੀ ਚਲਾ, ਐਵੇਂ ਨਾ ਠੋਕ ਦੀ ਕਿਸੇ 'ਚ। ਉਹ ਪਰਵਾਹ ਨਾ ਕਰ ਬਾਈ, ਤੇਰਾ ਭਾਈ ਤਾਂ ਅੱਖਾਂ ਬੰਦ ਕਰਕੇ ਗੱਡੀ ਚਲਾ ਲੈਂਦਾ, ਮਜਾਲ ਆ ਗੱਡੀ ਠੁੱਕ ਜੇ। ਕਰਤਾ ਨਾ ਉਹੀ ਕੰਮ। ਉਹ ਬਾਈ ਜੀ ਸੱਟ ਤਾਂ ਨਹੀਂ ਲੱਗੀ? ਓਏ ਨਾ ਨਾ, ਉਹ ਤਾਂ ਮੈਂ ਵੈਸੇ ਸਕੂਟਰ ਸੜਕ 'ਤੇ ਲੇਟਾ ਦਿੱਤਾ ਸੀ ਅਤੇ ਆਪਣੀ ਜਨਾਨੀ ਨਾਲ ਇੱਥੇ ਸੜਕ 'ਤੇ ਲੇਟ ਕੇ ਸਨ ਬਾਥ ਲੈ ਰਿਹਾ ਸੀ। ਤੁਹਾਡੀਆਂ ਅੱਖਾਂ ਨੇ ਕਿ ਟਿੱਚ ਵਟਨ? ਉਹ ਬਾਈ ਜੀ ਅਸੀਂ ਜਾਣ ਕੇ ਟੱਕਰ ਨਹੀਂ ਮਾਰੀ, ਗਲਤੀ ਨਾਲ ਲੱਗ ਗਈ। ਉਹ ਮੈਂ ਜਾਣਨਾ ਤੁਹਾਨੂੰ ਲੰਡਰਾਂ ਨੂੰ, ਜਿੱਥੇ ਸੋਹਣੀ ਜਨਾਨੀ ਵੇਖੀ ਨਹੀਂ ਅਤੇ ਆ ਕੇ ਵਿੱਚ ਵੱਜ ਜਾ। ਸੋਹਣੀ ਜਨਾਨੀ ਇਹ ਰੁਕੇ ਨਾ, ਮਰੂਤੀ ਕਹਿ ਰਿਹਾ। ਮੈਂ ਤੁਹਾਨੂੰ ਸਾਰਿਆਂ ਨੂੰ ਪੁਲਿਸ ਨੂੰ ਫੜਾ ਦੇਣਾ, ਤੁਸੀਂ ਹਲੇ ਜਾਣਦੇ ਨੀ ਮੈਨੂੰ। ਛੱਡੋ ਬਾਈ, ਕੀ ਰੱਖਿਆ ਲੜਾਈ 'ਚ? ਓਏ ਹੱਥ ਪਰੇ ਕਰਕੇ ਗੱਲ ਕਰ, ਇਹ ਬਦਮਾਸ਼ੀ ਬਦਮੂਸੀ ਕਿਸੇ ਹੋਰ ਨੂੰ ਦਿਖਾਉਣਾ? ਗਾਂਧੀ ਨੂੰ ਜਾਣਦੇ ਹੋ? ਗਾਂਧੀ ਨੂੰ? ਹਾਂਜੀ ਬਾਈ ਜਾਣਦੇ ਆ। ਹੈਂ ਭਰਾ ਲੱਗਦਾ ਹੀ ਆਪਣਾ। ਓ ਅੱਛਾ ਅੱਛਾ ਅੱਛਾ, ਲੈ ਲਿਆ। ਬਾ ਬਾਈ ਜੀ ਇੱਕ ਬੇਨਤੀ ਆ ਜੀ ਹੱਥ ਜੋੜ ਕੇ, ਬਾਈ ਗਾਂਧੀ ਬਾਈ ਨੂੰ ਨਾ ਦੱਸਿਓ। ਓਏ ਮਾਫੀ ਮੰਗੋ ਬਾਈ ਤੋਂ। ਮਾਫ਼ ਕਰ ਦਿਓ ਜੀ, ਮਾਫ਼
ਹੁਣ ਆਏ ਨਾ ਲਾਈਨ ਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਮੈਂ ਤਾਂ ਹੈਰਾਨ ਆ ਕਿ ਤੁਹਾਡੇ ਤੋਂ ਕਿਵੇਂ ਡਰ ਗਏ ਤੈਨੂੰ ਕੀ ਲੱਗਦਾ ਜੇ ਤੂੰ ਨਹੀਂ ਡਰਦੀ ਤਾਂ ਕੋਈ ਨਹੀਂ ਡਰਦਾ ਓਏ ਸਾਡਾ ਨਾਂ ਚੱਲਦਾ ਹੀ ਬੈਠ ਸਕੂਟਰ ਤੇ ਓਹੋ ਕੀ ਗੱਲ ਹੋ ਗਈ ਸੱਟ ਸੁੱਟ ਤਾਂ ਨਹੀਂ ਲੱਗੀ ਓਏ ਹੋਇਆ ਕੀ ਸੀ ਉਹ ਹੋਣਾ ਕੀ ਹੈ ਜਨਾਬ ਇੱਕ ਤੇ ਮੇਰੀ ਗੱਡੀ ਬੰਨਤੀ ਅੱਛਾ ਉੱਤੋਂ ਇੰਨੀ ਸੋਹਣੀ ਨੱਡੀ ਬੰਨਤੀ ਤੇ ਉੱਤੋਂ ਅੱਖਾਂ ਪਏ ਕਰਦੇ ਆ ਕੋਈ ਨਹੀਂ ਹਾਂ ਦੇਖਦਾ ਮੈਂ ਇਹਨਾਂ ਨੂੰ ਤੂੰ ਬੈਠ ਭਗਵਾਨੇ ਹੈਲੋ ਹਾਂ ਸਵੇਰੇ ਸਵੇਰੇ ਕਿੱਥੋਂ ਦਾਰੂ ਪੀ ਕੇ ਆਏ ਹੋ ਐਕਸੀਡੈਂਟ ਕਰਕੇ ਭੱਜਦੇ ਹੋ ਕਾਗਜ਼ ਕੱਢੋ ਕਾਗਜ਼ ਜਨਾਬ ਸਾਡੀ ਕੋਈ ਗਲਤੀ ਨਹੀਂ ਉਹੀ ਪੁੱਠੇ ਪਾਸਿਓਂ ਆ ਕੇ ਵਿੱਚ ਵੱਜਿਆ ਸਾਲਿਆ ਮੈਂ ਤੇਰੇ ਪੁੱਠੇ ਹੱਥ ਦੀ ਮਾਰਨੀ ਆ ਕਿਹਾ ਨਾ ਕਾਗਜ਼ ਕੱਢ ਸਾਲਾ ਨਾ ਹੋਵੇ ਤਾਂ ਹੋਰ ਹੀ ਗੱਲਾਂ ਕਰ ਓ ਬਾਈ ਜੀ ਬਾਈ ਜੀ ਬਾਈ ਜੀ ਕੀ ਬਾਈ ਜੀ ਗਾਲ ਨਾ ਕੱਢ ਸਾਲਿਆ ਤੇਰੀ ਭੈਣ ਤੇਰੀ ਵੱਡੇ ਦੀ ਬਸ ਨਾ ਗਾਲ ਨਾ ਕੱਢ ਓਸੇ ਤਾਂ ਹੁਣ ਕੱਢ ਕਾ ਓਏ ਖੱਤਰ ਅਰ ਅੱਜ ਤੋਂ ਬਾਅਦ ਤਾਂ ਨਹੀਂ ਬਾਈ ਉਹ ਪੁਲਿਸ ਵਾਲੇ ਕਿਸੇ ਨਾਲ ਪੰਗਾ ਲੈਂਦੇ ਹੈਂ ਉਹ ਲੈ ਕੇ ਤਾਂ ਦੇਖਣ ਪੰਗਾ ਸਾਲੀ ਗੋਲੀ ਨਾ ਲੰਘਾ ਤੂੰ ਵਿੱਚ ਦੀ ਕਿਹੜੀ ਗੋਲੀ ਓਏ ਜ਼ੁਕਾਮ ਵਾਲੀ ਓਏ ਤੂੰ ਜਾਣਦਾ ਨਹੀਂ ਭੋਲੇ ਜੱਟ ਨੂੰ ਖੜ ਜਾ ਖੜ ਜਾ ਟੈਂਟੜ ਓਏ ਆ ਕਿੱਥੋਂ ਲਿਆਂਦਾ ਓਏ ਬਾਈ ਇਸ ਆਈ ਨਾਲ ਲੜਾਈ ਨਹੀਂ ਸੀ ਬਾਈ ਉਹਦਾ ਡਿੱਗਿਆ ਮੈਂ ਚੱਕ ਲਿਆ ਉਹ ਭੋਲੇ ਆ ਕੀ ਨਵਾਂ ਪੰਗਾ ਲੈ ਲਿਆ ਤੂੰ ਤੂੰ ਜਾਣਦਾ ਕਿੱਡੇ ਵੱਡੇ ਕੇਸ 'ਚ ਫਸ ਸਕਦਾ ਤੂੰ ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਤਾਂ ਤੁਹਾਡੀ ਜ਼ਮਾਨਤ ਵੀ ਨਹੀਂ ਹੋਣੀ ਭੋਲਾ ਤਾਂ ਗਿਆ ਅੰਦਰ ਹੈਂ ਉਹ ਚਲੋ ਜੋ ਹੋਣਾ ਸੀ ਹੋ ਗਿਆ ਹੁਣ ਐਂ ਕਰੋ ਸਾਰੇ ਜਣੇ 10-12 ਦਿਨ ਲਈ ਉਰਾਂ ਪਰਾਂ ਹੋ ਜਾਓ ਜਦ ਤੱਕ ਗੱਲ ਠੰਡੀ ਨਹੀਂ ਪੈਂਦੀ ਹਾਂਜੀ ਸੀ ਯਾਰ ਬਾਈ ਗਾਂਧੀ ਉਹ ਜਿਹੜੀ ਪੁਲਿਸ ਕੁੱਟੀ ਸੀ ਨਾ ਤੁਸੀਂ ਉਸ ਚੱਕਰ 'ਚ ਆਪਣੇ ਸਾਰੇ ਬੰਦੇ ਚੱਕੇ ਗਏ ਐਂ ਕਿਵੇਂ ਚੱਕੇ ਗਏ ਬਾਈ ਨਾਲੇ ਮੈਂ ਕਿਹਾ ਸੀ ਵੀ 10-12 ਦਿਨ ਉਰਾਂ ਪਰਾਂ ਰਿਹੋ ਮੈਂ ਤਾਂ ਆਪ ਆ ਕੇ ਮੋਟਰ 'ਤੇ ਸੁਣਨਾ ਤੂੰ ਐਂ ਕਰ ਤੂੰ MLA ਨਾਲ ਗੱਲ ਕਰ ਨਾ ਨਾ ਬਾਈ MLA ਨਾਲ ਨਹੀਂ ਗੱਲ ਬਣਨੀ ਉਹਨੇ ਥਾਣੇਦਾਰ ਵਾਲੇ ਕੇਸ 'ਚ ਕਿਹੜਾ ਆਪਣੀ ਮਦਦ ਕੀਤੀ ਆ ਮੈਂ ਕਰਦਾ ਵੀ ਮੈਂ ਮੰਤਰੀ ਨਾਲ ਗੱਲ ਕਰਕੇ ਦੇਖਦਾ ਠੀਕ ਆ ਉਹ ਕਾਕਾ ਜੀ ਤੁਸੀਂ ਪੁਲਿਸ ਨੂੰ ਹੱਥ ਪਾਇਆ ਕੋਈ ਦੁੱਕੀ ਦਾ ਨਜਾਇਜ਼ ਨਹੀਂ ਕੁੱਟਿਆ ਸਾਰੇ ਪੰਜਾਬ 'ਚ ਪੁਲਿਸ ਦੀ ਥੂ ਥੂ ਹੋਈ ਪਈ ਆ ਹੁਣ ਫਿਰ ਪੁਲਿਸ ਨੇ ਵੀ ਤਾਂ ਕੋਈ ਖਾਨਾ ਪੂਰਤੀ ਕਰਨੀ ਹੋਈ ਦੇਖ ਬਈ ਇਸ ਕੇਸ 'ਚੋਂ ਛੁਡਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਖਾਲਾ ਜੀ ਦਾ ਵਾੜਾ ਤਾਂ ਅੱਧੇ ਪੰਜਾਬ ਦੇ ਕਾਲਜਾਂ ਦੀਆਂ ਪ੍ਰਧਾਨਗੀਆਂ ਲੈਣਾ ਵੀ ਨਹੀਂ ਸੀ ਮੰਤਰੀ ਸਾਹਿਬ ਰਹੀ ਗੱਲ ਪੁਲਿਸ ਦੀ ਉਹਨੇ ਗਾਲ ਕੱਢੀ ਸੀ ਉਹਨੂੰ ਸੁਧਾਰਨਾ ਜ਼ਰੂਰੀ ਸੀ ਤੂੰ ਸਾਰਿਆਂ ਨੂੰ ਸੁਧਾਰਨ ਦਾ ਠੇਕਾ ਲਿਆ ਪਹਿਲਾਂ ਤੈਨੂੰ ਥਾਣੇਦਾਰ ਵਾਲੇ ਕੇਸ 'ਚ ਮੈਂ ਤੱਤੀ ਵਾਹ ਨਹੀਂ ਲੱਗਣ ਦਿੱਤੀ ਜਾਣਦਾ ਉਹ ਕੌਣ ਸੀ ਉਹ MLA ਦਾ ਖਾਸ ਬੰਦਾ ਸੀ ਹੁਣ ਤੁਸੀਂ ਦੁਬਾਰਾ ਫਿਰ ਉਹੀ ਚੰਦ ਚਾੜਦਾ ਦੇਖੋ ਗਾਂਧੀ ਮੈਂ ਤਾਂ ਇੰਨਾ ਹੀ ਕਰ ਸਕਦਾ ਵੀ ਇਸ ਵਾਰ ਪੁਲਿਸ ਤੈਨੂੰ ਕੁਛ ਨਹੀਂ ਕਹੂ ਤੇ ਮੇਰੇ ਯਾਰ ਕਿਸੇ ਨੂੰ ਤਾਂ ਸਜ਼ਾ ਭੁਗਤਣੀ ਪਊ ਨਾਲੇ ਫਿਰ ਪੁਲਿਸ ਨੇ ਵੀ ਤਾਂ ਆਪਣਾ ਗੁੱਸਾ ਕੱਢਣਾ ਹੀ ਹੈ ਮਸਲਾ DGP ਤੱਕ ਪਹੁੰਚ ਚੁੱਕਾ 4 ਦਿਨ ਰਹਿ ਲੈਣ ਦੇ ਉਹਨਾਂ ਨੂੰ ਅੰਦਰ ਠੀਕ ਆ ਮੰਤਰੀ ਸਾਹਿਬ ਫਿਰ ਮੈਂ ਵੀ ਉਹਨਾਂ ਕੋਲ 4 ਦਿਨ ਲਾ ਹੀ ਆਉਣਾ ਯਾਰ ਨੇ ਉਹ ਮੇਰੇ ਉਹਨਾਂ ਯਾਰਾਂ ਦੇ ਸਿਰ 'ਤੇ ਹੀ ਇਹ ਗਾਂਧੀ ਗਾਂਧੀ ਆ ਵਹਿਮ ਹੈ ਤੇਰਾ ਗਾਂਧੀ ਗਾਂਧੀ ਮੇਰੇ ਕਰਕੇ ਹੈ ਜਿਸ ਦਿਨ ਮੇਰਾ ਇਹ ਹੱਥ ਤੇਰੇ ਸਿਰ ਤੋਂ ਉੱਠ ਗਿਆ ਨਾ ਤਾਂ ਫਿਰ ਕਿਹੜਾ ਗਾਂਧੀ ਹੈ ਫਿਰ ਤੁਸੀਂ ਇਹ ਹੱਥ ਚੱਕ ਹੀ ਲਓ ਜੀ ਜੇ ਗਾਂਧੀ ਦਾ ਕੋਈ ਰੁਤਬਾ ਸੀ ਤਾਂ ਹੀ ਤੁਸੀਂ ਬੁਲਾਇਆ ਸੀ ਹੁਣ ਇਹ ਗਾਂਧੀ ਗਾਂਧੀ ਤੁਹਾਡੇ ਹੱਥ ਤੋਂ ਬਿਨਾਂ ਹੀ ਹੋ ਸਤਿ ਸ਼੍ਰੀ ਅਕਾਲ ਇੱਕ ਤਾਰਾ ਟੁੱਟਣ ਵਾਲਾ ਸਮਾਨ ਨੂੰ ਕੋਈ ਫਰਕ ਨਹੀਂ ਪੈਂਦਾ ਗਾਂਧੀ ਉਹ ਤੇਰੀ ਥਾਂ ਤਾਂ ਕੋਈ ਹੋਰ ਆਜੂ ਬਥੇਰੇ ਫਿਰਦੇ ਆ ਕੇ ਰੱਖ ਚੁਕਾ ਕੇ
ਸਾਰਿਆਂ ਮੈਂ ਕਿਹਾ ਨਾ ਟਿਕਾ ਕੇ ਰੱਖ ਟਿਕਾ ਕੇ ਸਾਰਿਓ ਪੁਲਿਸ ਵਾਲਿਆਂ ਤੇ ਹੱਥ ਚੱਕਦੇ ਹੋਏ ਸਾਰਿਓ ਤੁਹਾਡੀ ਸੇਵਾ ਤਾਂ ਟਿਕਾ ਕੇ ਹੋਣੀ ਚਾਹੀਦੀ ਹੈ ਚੱਕ ਇਹਨੂੰ ਓਏ ਚੱਕ ਤਾਂ ਨੂੰ ਲੱਤਾਂ ਖਿੱਚ ਕੇ ਰੱਖ ਦੀਆਂ ਓਏ ਲਿਆਓ ਦੂਜੇ ਨੂੰ ਪਾਓ ਲੰਮਾ ਚੱਲ ਛੇਤੀ ਕਰ ਛੇਤੀ ਮੇਰਾ ਬਾਬਲਾ ਸਮਝ ਰੱਖਿਆ ਪੁਲਿਸ ਨੂੰ ਤੁਸੀਂ ਦੂਜੇ ਨੂੰ ਪਾਓ ਦੂਜੇ ਨੂੰ ਲੈ ਕੇ ਆਓ ਵੈਸੇ ਪੁਲਿਸ ਵਾਲਿਆਂ ਦਾ ਹਿਸਾਬ ਪੱਕਾ ਸਭ ਨੂੰ ਮੰਡਵਾਂ ਪ੍ਰਸਾਦ ਮਿਲਦਾ ਓਏ ਮਾਰ ਮਾਰ ਛਲਤੀ ਸਾਲਿਆਂ ਦੀ ਫਿਰ ਵੇਖ ਕਿਵੇਂ ਦੰਦ ਕੱਢਦੇ ਆ ਸਾਲੇ ਢੀਠ ਨਾ ਹੋਣ ਤਾਂ ਜਿੰਨਾ ਚਿਰ ਮੈਨੂੰ ਗਾਂਧੀ ਦਾ ਪਤਾ ਨਹੀਂ ਨਾ ਦੱਸਦੇ ਮੈਂ ਛੱਡਣਾ ਨਹੀਂ ਗਾਂਧੀ ਚਾਹੀਦਾ ਮੈਨੂੰ ਗਾਂਧੀ ਲੈ ਆ ਗਿਆ ਗਾਂਧੀ ਓਏ ਇਹਨਾਂ ਨੂੰ ਪੇਸ਼ ਕਰਨ ਦੀ ਤਿਆਰੀ ਕਰੋ ਜੀ ਜਨਾਬ ਸਾਲਾ ਬਾਹਰ ਨਾਲੋਂ ਵਧੀਆ ਮਾਲ ਤਾਂ ਜੇਲ੍ਹ 'ਚ ਮਿਲਦਾ ਹੋਏ ਥੋੜ੍ਹੇ ਨਜ਼ਾਰੇ ਹੀ ਲਿਆਉਂਦੇ ਪਏ ਨੇ ਗਾਂਧੀ ਬਾਈ ਤੂੰ ਵੀ ਕਮਾਲ ਦਾ ਬੰਦਾ ਸਾਡੇ ਨਾਲ ਹੀ ਜੇਲ੍ਹ 'ਚ ਆ ਗਏ ਸਾਲੇ ਉਹ ਅੱਡਾਂ 'ਚ ਤਾਂ ਬੈਠੇ ਪਏ ਹੋ ਜਿੱਥੇ ਮੇਰੇ ਯਾਰ ਉੱਥੇ ਮੈਂ ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ ਬਾਈ ਪੁਲਿਸ ਨੂੰ ਆਪਣਾ ਪਤਾ ਕਿਵੇਂ ਲੱਗਿਆ ਮੇਰੇ ਮੂੰਹ 'ਚੋਂ ਨਿਕਲ ਗਿਆ ਸੀ ਪਰ ਪੁਲਿਸ ਨੇ ਤੈਨੂੰ ਫੜਿਆ ਕਿਵੇਂ ਉਹ ਮੈਂ ਐਸ ਆਈ ਦਾ ਪਸਤੌਲ ਮੋੜਨ ਥਾਣੇ ਗਿਆ ਉਹਨਾਂ ਨੇ ਮੈਨੂੰ ਹੀ ਰੱਖ ਲਿਆ ਓਏ ਹੁਣ ਇੱਥੋਂ ਕਿਵੇਂ ਨਿਕਲੀਏ ਜੇ ਪਿੰਡਾ ਬਾਹਰ ਹੁੰਦਾ ਤਾਂ ਲਾਉਂਦਾ ਕੋਈ ਜਗਿਆੜ ਓਹੋ ਉਹ ਤਾਂ ਸਾਲਾ ਕਿਸੇ ਹੋਰ ਪਾਸੇ ਫਸਿਆ ਫਿਰਦਾ ਚਲੋ ਬਈ ਮੁੰਡਿਓ ਜ਼ਮਾਨਤ ਹੋ ਗਈ ਤੁਹਾਡੀ ਹੋਰ ਗਾਂਧੀ ਮੁੰਡੇ ਤਕੜੇ ਨੇ ਸਾਰੇ ਠੀਕ ਨੇ ਬਾਈ ਯਾਰ ਮੈਨੂੰ ਮਾਫ਼ ਕਰੀ ਥੋੜ੍ਹੀ ਦੇਰ ਹੋ ਗਈ ਜ਼ਮਾਨਤ ਕਰਾਉਣ 'ਚ ਬਾਈ ਤੁਹਾਡਾ ਸਾਡੇ ਲਈ ਇੰਨਾ ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਤੂੰ ਮੇਰੇ ਨਾਲ ਗੱਡੀ 'ਚ ਬੈਠ ਤੇਰੇ ਨਾਲ ਗੱਲ ਕਰਨੀ ਆ ਜ਼ਰੂਰੀ ਇਹ ਉਹੀ ਪ੍ਰਧਾਨ ਨੇ ਜਿਹੜਾ ਮੰਤਰੀ ਦਾ ਦੁਸ਼ਮਣ ਹੈ ਦੁਸ਼ਮਣ ਮੰਤਰੀ ਦਾ ਆਪਣਾ ਤਾਂ ਦੋਸਤ ਹੈ ਜਿਹੜਾ ਮੌਕੇ 'ਤੇ ਕੰਮ ਆ ਗਿਆ ਗਾਂਧੀ ਤੂੰ ਚੰਗਾ ਮੁੰਡਾ ਹੈ ਤੂੰ ਕਿਉਂ ਇਹੋ ਜਿਹੇ ਬੰਦੇ ਨਾਲ ਮਲਾਜੇਦਾਰੀ ਪਾਈ ਉਹ ਜਦੋਂ ਉਹਨੂੰ ਆਪਣੀ ਕੁਰਸੀ ਦਾ ਖਤਰਾ ਹੁੰਦਾ ਨਾ ਤਾਂ ਉਹ ਆਪਣਾ ਪੱਲਾ ਖਿੱਚ ਲੈਂਦਾ ਗਾਂਧੀ ਤੋਂ ਪੱਲਾ ਛੁਡਾਉਣਾ ਇੰਨਾ ਆਸਾਨ ਕੰਮ ਨਹੀਂ ਕਦੇ ਤਾਂ ਉਜਾੜ ਥੱਲੇ ਤਾਂ ਸਮਝ ਲੈ ਆ ਗਿਆ ਉਜਾੜ ਥੱਲੇ ਕੱਲ੍ਹ ਨੂੰ ਯੁਵਾ ਰੈਲੀ ਆ ਬਹੁਤ ਵੱਡੀ ਅਤੇ ਉੱਥੇ ਸ਼ੇਰ ਸਿੰਘ ਵੀ ਆਊਗਾ ਅਤੇ ਉਹੀ ਆਪਣਾ ਘਸਿਆ ਪਿਟਿਆ ਝੂਠਾ ਮੁੱਠਾ ਭਾਸ਼ਣ ਦਿਓ ਤੂੰ ਸਮਝ ਰਿਹਾ ਨਾ ਮੈਂ ਕੀ ਕਹਿਣਾ ਚਾਹੁੰਦਾ ਸੋ ਮੇਰੇ ਵੀਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਪੰਡਾਲ ਵਿੱਚ ਸਾਰੀ ਹੀ ਦੂਰੋਂ ਨੇੜੋਂ ਪਹੁੰਚੀ ਹੋਈ ਸਮੂਹ ਸਾਧ ਸੰਗਤ ਦਾ ਸਾਡੀ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਸੋ ਹੁਣ ਮੈਂ ਮੰਚ 'ਤੇ ਬੁਲਾ ਰਿਹਾ ਉਹ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਬੜੀ ਮਿਹਨਤ ਕਰਕੇ ਪਾਰਟੀ ਨੂੰ ਇੱਥੇ ਤੱਕ ਪਹੁੰਚਾਇਆ ਹੈ ਹੁਣ ਮੈਂ ਸੱਦਾ ਦੇਣਾ ਚਾਹੁੰਦਾ ਮਾਣਯੋਗ ਮੰਤਰੀ ਸ਼ੇਰ ਸਿੰਘ ਜੀ ਨੂੰ ਉਹ ਮੰਚ 'ਤੇ ਆਉਣ ਅਤੇ ਇਨਾਮ ਵੰਡ ਸਮਾਰੋਹ ਸ਼ੁਰੂ ਕਰਨ ਇਨਾਮ ਲੈਣ ਲਈ ਹਰਪ੍ਰੀਤ ਸਿੰਘ ਅਵੀ ਮੰਚ 'ਤੇ ਆਉਣ ਆਓ ਜੀ ਮੰਤਰੀ ਜੀ ਮੰਤਰੀ ਸ਼ੇਰ ਸਿੰਘ ਜਿੰਦਾਬਾਦ ਮੰਤਰੀ ਸ਼ੇਰ ਸਿੰਘ ਜਿੰਦਾਬਾਦ ਮੰਤਰੀ ਸ਼ੇਰ ਸਿੰਘ ਜਿੰਦਾਬਾਦ ਗੱਲ ਹੱਕ ਦੀ ਕਰਾਂਗੇ ਗੱਲ ਸੱਚ ਦੀ ਕਰਾਂਗੇ ਰੁਪਿੰਦਰ ਗਾਂਧੀ ਰੁਪਿੰਦਰ ਗਾਂਧੀ ਰੁਪਿੰਦਰ ਗਾਂਧੀ ਜਿੰਦਾਬਾਦ ਰੁਪਿੰਦਰ ਗਾਂਧੀ ਜਿੰਦਾਬਾਦ ਰੁਪਿੰਦਰ ਗਾਂਧੀ ਜਿੰਦਾਬਾਦ
ਜਰਾ ਇਧਰ ਜੀ। ਤੈਨੂੰ ਕਿਹਾ ਸੀ ਨਾ ਕਿ ਜਦ ਤੱਕ ਮੇਰਾ ਇਹ ਹੱਥ ਤੇਰੇ ਸਿਰ ਤੇ ਹੈ ਨਾ, ਉਦੋਂ ਤੱਕ ਹੀ ਗਾਂਧੀ ਗਾਂਧੀ ਹੈ। ਵੇਖ ਲਈ ਆਪਣੀ ਔਕਾਤ। ਆਪਣੇ ਆਸੇ ਪਾਸੇ ਨਿਗਾਹ ਮਾਰ ਮੰਤਰੀ, ਤੇਰੇ ਕਿੰਨੇ ਕੁੰਡੇ ਬਿਨਾਂ ਅੱਖ ਚੱਕੇ ਮੇਰੇ ਪੈਰੇ ਤੇ ਖੜੇ, ਤੇ ਤੂੰ ਆਪਣੀ ਲਾਲ ਬੱਤੀ ਵਾਲੀ ਗੱਡੀ 'ਚ ਚੜ੍ਹ ਕੇ ਅੱਧੀ ਰਾਤ ਨੂੰ ਇੱਥੇ ਭੱਜਿਆ ਹੈ। ਇਹ ਗਾਂਧੀ ਦੀ ਔਕਾਤ ਹੀ ਹੈ। ਬਾਲਾ ਬੋਲਦੇ ਸਰ ਜੀ, ਜੇ ਹੁਕਮ ਹੋਵੇ ਤਾਂ ਹੁਣੇ ਕੰਮ ਨਿਬੇੜਦੇ ਇਹਦਾ। ਓਏ ਮਾਰੇ ਹੋਏ ਨੂੰ ਤੂੰ ਕੀ ਮਾਰੇਗਾ? ਪਤਾ ਨਹੀਂ ਇਹਦੇ 'ਚ ਦੋ ਚਾਰ ਸਾਹ ਬਾਕੀ ਹੈਗੇ ਵੀ ਕਿ ਨਹੀਂ। ਬੋਲਣ ਦੇ। ਵੈਸੇ ਵੀ ਇਹਨੂੰ ਬੋਲਣ ਦਾ ਬਹੁਤ ਸ਼ੌਕ ਹੈ। ਹੁਣ ਮੈਂ ਬੋਲੂੰਗਾ। ਇਹ ਕੀ ਕਰ ਰਿਹਾ ਤੂੰ? ਆਪਣੀ ਔਕਾਤ ਨਾ ਭੁੱਲ। ਵਰਤ ਕੇ ਭੁੱਲ ਜਾਣ ਦੀ ਆਦਤ ਥੋੜੀ ਆ, ਮੈਂ ਤਾਂ ਯਾਦ ਕਰਾਉਣਾ ਆ। ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਰੁਪਿੰਦਰ ਗਾਂਧੀ ਖੰਨੇ ਵਾਲਾ। ਯਾਰ ਬੋਲ, ਉਹ ਯਾਰ ਬੋਲ ਲੈਣ ਦਿਓ ਯਾਰ, ਵੀਰੇ ਬੋਲ ਲੈਣ ਦਿਓ ਇੱਕ ਮਿੰਟ। ਬਈਆ ਜਿਵੇਂ ਆ ਨੇਤਾ ਬੋਲਦੇ ਨੇ ਐਵੇਂ ਨਹੀਂ ਬੋਲਣਾ ਆਉਂਦਾ ਮੈਨੂੰ। ਮੈਂ ਜੋ ਵੀ ਬੋਲੂੰਗਾ ਦਿਲ ਤੋਂ ਬੋਲੂੰਗਾ। ਆਪਣੇ ਆ ਨੇਤਾ ਜੀ, ਆਪਣੇ ਆ ਮੰਤਰੀ ਜਿੰਨੇ ਬੈਠੇ ਨੇ ਇੱਥੇ, ਅੱਜ ਆ ਤੁਹਾਡੀ ਸਾਰਿਆਂ ਦੀ ਭੀੜ ਦੇਖ ਕੇ ਖੁਸ਼ ਬਹੁਤ ਹੁੰਦੇ ਹੋਣਗੇ। ਇਹਨਾਂ ਨੂੰ ਪਤਾ ਕੀ ਲੱਗਦਾ? ਇਹਨਾਂ ਲਈ ਤੁਸੀਂ, ਮੈਂ, ਸਾਰੇ ਮੰਡੀਰ ਆ ਭੀੜ ਵਧਾਉਣ ਵਾਲੀ, ਬਸ ਹੋਰ ਕੁਛ ਨਹੀਂ। ਵੀਰੋ, ਇਹ ਨੇਤਾ ਲੋਕ ਸਾਡੇ ਵਰਗੇ ਸਟੂਡੈਂਟਸ ਨੂੰ 100-200 ਰੁਪਏ ਦੀ ਬੋਤਲ ਅਫੀਮ ਦੀ ਗੋਲੀ ਉਹਨਾਂ ਦੇ ਸਿਰ ਦੇ ਉੱਤੇ ਬੱਸਾਂ 'ਚ ਲਿਆਉਂਦੇ ਨੇ, ਤੁੰਨ ਤੁੰਨ ਕੇ ਭਰ ਭਰ ਕੇ। ਇਹਨਾਂ ਨੂੰ ਲੱਗਦਾ ਕਿ ਸਾਡੀ ਕੋਈ ਔਕਾਤ ਨਹੀਂ, ਪਰ ਮੈਨੂੰ ਨਹੀਂ ਲੱਗਦਾ। ਮੈਨੂੰ ਲੱਗਦਾ ਇਹ ਜੋ ਕੁਛ ਵੀ ਨੇ ਤੁਹਾਡੇ ਕਰਕੇ ਨੇ। ਪਰਨੇ ਵਾਲੇ ਵੀਰ, ਤੇਰੇ 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 ਕਰਕੇ ਨੇ ਇਹ ਜੋ ਕੁਛ ਵੀ ਨੇ। ਸਾਡੇ ਸਟੂਡੈਂਟਸ ਕਰਕੇ ਨੇ ਇਹ ਜੋ ਕੁਛ ਵੀ ਨੇ। ਰੁਪਿੰਦਰ ਗਾਂਧੀ ਕਰਕੇ ਨੇ। ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ। ਖੜ ਜਾਓ, ਖੜ ਜਾਓ, ਸ਼ਾਂਤੀ ਰੱਖੋ, ਖੜ ਜਾਓ, ਖੜ ਜਾਓ। ਇੱਕ ਮਿੰਟ ਵੀਰੋ, ਇੱਕ ਮਿੰਟ ਵੀਰੋ। ਇਹ ਨੇਤਾ ਲੋਕ ਨੌਜਵਾਨਾਂ ਨੂੰ ਪੁੱਠੇ ਸਿੱਧੇ ਕੰਮਾਂ 'ਚ ਵਰਤ ਕੇ ਉਹਨਾਂ ਦੇ ਪਿੱਛੇ ਜੋੜ ਦਿੰਦੇ ਨੇ, ਗੁੰਡਾ ਗੈਂਗਸਟਰ। ਜੇ ਤਾਂ ਇਹਨਾਂ ਦੇ ਕਹੇ ਮੁਤਾਬਕ ਚੱਲਦੇ ਰਹੋ ਤਾਂ ਠੀਕ, ਨਹੀਂ ਤਾਂ ਪਰਚੇ ਪਵਾ ਦਿੰਦੇ ਨੇ, ਲੱਤਾਂ ਤੜਵਾ ਦਿੰਦੇ ਨੇ, ਜਾਂ ਫਿਰ ਮਰਵਾ ਹੀ ਦਿੰਦੇ ਨੇ। ਪਰ ਇਹ ਰੁਪਿੰਦਰ ਗਾਂਧੀ ਕੋਈ ਗੁੰਡਾ ਜਾਂ ਗੈਂਗਸਟਰ ਨਹੀਂ ਹੈ, ਇੱਕ ਆਵਾਜ਼ ਹੈ। ਅੱਜ ਮੈਂ ਇਸ ਸਟੇਜ 'ਤੇ ਖੜਾ ਹੋ ਕੇ ਇੱਕ ਆਵਾਜ਼ ਦਿੰਦਾ ਕਿ ਹੁਣ ਅਸੀਂ ਆਹ ਰੈਲੀ ਵਾਲੀਆਂ ਕੁਰਸੀਆਂ ਨਹੀਂ ਭਰਨੀਆਂ, ਅਸੀਂ ਬੈਠਾਂਗੇ ਆਹ ਸਟੇਜ ਵਾਲੀਆਂ ਕੁਰਸੀਆਂ 'ਤੇ। ਜੇ ਲੋੜ ਪਈ ਤਾਂ ਬੈਠਾਂਗੇ MLA ਦੀ ਕੁਰਸੀ 'ਤੇ। ਗਾਂਧੀ ਬਾਈ ਜਿੰਦਾਬਾਦ, ਸਾਡੀ ਕੁਰਸੀ 'ਤੇ ਬੈਠੇਗਾ। ਸਿਰ ਤਾਂ ਨਹੀਂ ਫਿਰ ਗਿਆ ਤੇਰਾ? ਸਿਰ ਫਿਰੇ ਇਤਿਹਾਸ ਬਣਾਉਂਦੇ ਨੇ ਮੰਤਰੀ ਸਾਹਿਬ। ਸਰਪੰਚ ਬਣਨ ਦੀ ਔਕਾਤ ਨਹੀਂ ਤੇਰੇ, ਮੰਤਰੀ ਬਣੇਗਾ। ਚਲੋ ਫਿਰ।
ਪਹਿਲਾਂ ਤੁਹਾਡੀ ਆਹੀ ਖੁਆਇਸ਼ ਪੂਰੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਨਗਰ ਨਿਵਾਸੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਭਾਈ ਸਰਦਾਰ ਰੁਪਿੰਦਰ ਸਿੰਘ ਨੂੰ ਪਿੰਡ ਰਸੂਲੜੇ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਸੰਮਤੀ ਨਾਲ ਸਰਪੰਚ ਬਣਿਆ ਉਹ, ਪੂਰੇ ਇਲਾਕੇ 'ਚ ਗਾਂਧੀ ਗਾਂਧੀ ਹੋਈ ਪਈ ਆ। ਤੁਹਾਡੀ ਕੁਰਸੀ ਵੀ ਮੈਨੂੰ ਤਾਂ ਖਤਰੇ 'ਚ ਹੀ ਲੱਗਦੀ ਆ। ਗਾਂਧੀ ਦਾ ਕਰੋ ਕੁਝ। ਹਾਂ ਹਾਂ, ਇੱਥੇ ਸਭ ਠੀਕ ਨੇ। ਮੈਂ ਕਰਾਉਂਦੀ ਹਾਂ ਰੁਪਿੰਦਰ ਨਾਲ ਗੱਲ। ਆ ਰੁਪਿੰਦਰ, ਮਿੰਦੀ ਦਾ ਫੋਨ ਆ, ਗੱਲ ਕਰੀ। ਆ ਪਾਂਡੇ ਲੈ ਜਾ। ਲੈ ਜਾਓ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਕੀ ਹਾਲ ਹੈ? ਉਹ ਵੀਰ, ਤੁਸੀਂ ਵੀ ਨਾ ਬਸ। ਦੇਖ ਰੁਪਿੰਦਰ, ਸਰਪੰਚੀ ਦਾ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੁੰਦਾ। ਆਪਣੀ ਪੂਰੀ ਵਾਹ ਲਾ ਦੀ, ਨਾਲੇ ਹੁਣ ਤਾਂ ਪੰਜਾਬ ਆਉਣਾ ਹੀ ਪੈਣਾ ਆਪਣੇ ਵੀਰ ਦੀ ਸਰਪੰਚੀ ਵੇਖਣ। ਉਹ ਵੀਰੇ, ਤੁਸੀਂ ਆਉਣ ਵਾਲੇ ਤਾਂ ਬਣੋ, ਸਾਰਾ ਪੰਜਾਬ ਖੜਾ ਕਰ ਦੂੰ ਤੁਹਾਡੇ ਸਵਾਗਤ 'ਚ। ਚੰਗਾ ਰੁਪਿੰਦਰ, ਹੁਣ ਮੈਂ ਕੰਮ ਤੋਂ ਆਇਆ ਅਤੇ ਜਿਮ ਚੱਲਿਆ। ਚੰਗਾ ਵੀਰੇ, ਸਤਿ ਸ਼੍ਰੀ ਅਕਾਲ। ਸਰਪੰਚ ਸਾਹਿਬ, ਆ ਜਾਓ ਬਜ਼ੁਰਗੋ, ਆ ਜਾਓ, ਨੰਗੇ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਆ ਜਾਓ, ਬੈਠੋ ਬੈਠੋ। ਸਤਿ ਸ਼੍ਰੀ ਅਕਾਲ। ਹਾਂਜੀ ਦੱਸੋ ਬਜ਼ੁਰਗੋ। ਸੁੱਚਾ ਸਿੰਘ ਹੈ ਪੁੱਤਰ ਮੇਰਾ ਨਾਂ, ਪਮਾਲੀ ਪਿੰਡ ਦਾ ਰਹਿਣ ਵਾਲਾ, ਅਤੇ ਇਹ ਮੇਰੀ ਧੀ ਰਾਮਪੁਰ ਵਿਆਹੀ ਸੀ। 6 ਮਹੀਨੇ ਪਹਿਲਾਂ ਇੱਕ ਐਕਸੀਡੈਂਟ 'ਚ ਮੇਰੇ ਜੁਆਈ ਦੀ ਮੌਤ ਹੋ ਗਈ। ਪੁੱਤ 10 ਕਿੱਲੇ ਜ਼ਮੀਨ ਸੀ ਉਹਦੇ ਨਾਲ। ਹੁਣ ਇਹਦਾ ਸਹੁਰਾ ਪਰਿਵਾਰ ਨਾ ਤਾਂ ਇਹਨੂੰ ਰੱਖਦਾ ਹੈ, ਨਾ ਇਹਦਾ ਹੱਕ ਦਿੰਦਾ। ਫਿਰ ਤੁਸੀਂ ਪੰਚਾਇਤ ਲੈ ਕੇ ਜਾਣੀ ਸੀ ਉਹਨਾਂ ਦੇ ਪਿੰਡ? ਸਾਰੇ ਹਿੱਲੇ ਵਰਤਲੇ ਪੁੱਤਰਾ, ਰਿਸ਼ਤਾ ਕਰਨ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਉਹ ਪਰਿਵਾਰ ਵੈਲੀਆਂ ਦਾ ਪਰਿਵਾਰ ਕਹਾਉਂਦਾ। ਪੁੱਤ, ਤੁਹਾਡਾ ਨਾਂ ਬਹੁਤ ਸੁਣਿਆ ਕਿ ਤੁਸੀਂ ਹਰ ਮਜ਼ਲੂਮ ਦੇ ਨਾਲ ਖੜੇ ਹੁੰਦੇ ਹੋ। ਵੀਰ, ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ, ਮੈਨੂੰ ਤੇ ਆਪਣੇ ਇਸ ਮੁੰਡੇ ਦਾ ਹੱਕ ਚਾਹੀਦਾ। ਨਾਲੇ ਮੈਂ ਤਾਂ ਉਸ ਘਰ 'ਚ ਰਹਿ ਲੈਂਦੀ, ਪਰ ਉੱਥੇ ਮੇਰਾ ਸਹੁਰਾ ਤੇ ਮੇਰਾ ਜੇਠ, ਉਹ ਮੇਰੇ ਤੇ ਠੀਕ ਹੈ ਬਜ਼ੁਰਗੋ, ਤੁਸੀਂ ਉਹਨਾਂ ਨੂੰ ਦੁਬਾਰਾ ਸੁਨੇਹਾ ਭੇਜੋ ਪੰਚਾਇਤ ਬੁਲਾਉਣ ਦਾ। ਇਸ ਵਾਰ ਤੁਹਾਡੇ ਨਾਲ ਮੈਂ ਚੱਲੂ। ਉਹ ਗੱਲ ਗੁੱਲ ਕੀ ਸੁਣਨੀ ਆ ਸਰਪੰਚ ਸਾਹਿਬ, ਕੁੱਤੇ ਦੀ ਪੂੰਛ ਕਦੇ ਸਿੱਧੀ ਹੋਈ ਆ? ਓਏ ਗੱਲ ਸੁਣੋ ਸੁੱਚਾ ਸਿਆ, ਵਾਰ ਵਾਰ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆ ਜਾਂਦਾ। ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਨਾ ਕਿ ਮੈਂ ਕੋਈ ਜ਼ਮੀਨ ਜ਼ਮੂਨ ਨਹੀਂ ਦੇਣੀ। ਸਰਦਾਰ ਜੀ, ਮੈਂ ਆਪਣੀ ਧੀ ਲਈ ਤਾਂ ਮੰਗਦਾ ਨਹੀਂ, ਮੈਂ ਤਾਂ ਬਸ ਸਭ ਬੱਚੇ ਲਈ ਮੰਗਦਾ, ਇਹ ਤੁਹਾਡਾ ਵੀ ਤਾਂ ਖੂਨ ਹੈ। ਜੇ ਜਵਾਕ ਦਾ ਇੰਨਾ ਹੀ ਫਿਕਰ ਹੈ ਮਸੜਾ, ਤਾਂ ਦੇ ਦੇ ਹਿੱਸਾ ਆਪਣੇ ਘਰ ਬਾਰ 'ਚੋਂ, ਤੇਰਾ ਵੀ ਤਾਂ ਦੋਤਾ ਹੀ ਹੈ। ਉਹ ਪੁੱਤਰਾ, ਮੈਂ ਤਾਂ ਸਭ ਕੁਝ ਵਿਆਹ 'ਤੇ ਲਾਈ ਬੈਠਾ। ਦੇਖੋ ਮਾਸੜਾ, ਇਹਦਾ ਇੱਕੋ ਹੀ ਹੱਲ ਹੈ, ਜਵਾਕ ਸਾਂਭਲਾ ਤੂੰ ਅਤੇ ਤੇਰੀ ਧੀ ਨੂੰ ਮੈਂ, ਯਾਨੀ ਅਸੀਂ ਸਾਂਭਲਾਂਗੇ। ਵੈਸੇ ਵੀ ਤਾਂ ਸਾਡੀ ਭਾਬੀ ਹੈ। ਉਹ ਰੱਬ ਦਾ ਵਾਸਤਾ, ਇੰਨਾ ਬੰਦਾ ਨਾ ਬੋਲੋ। ਇੱਕ ਮਿੰਟ ਬਜ਼ੁਰਗੋ, ਇੱਕ ਮਿੰਟ, ਇਹ ਲੱਤਾਂ ਦੇ ਭੂਤ ਨੇ ਗੱਲਾਂ ਨਾਲ ਨਹੀਂ ਮੰਨਣੇ। ਉਹ ਤੂੰ ਹੈ ਕੌਣ? ਮੈਂ
ਆ ਫੋਟੋ 'ਚ ਜਿਹੜੇ ਮੰਤਰੀ ਦੇ ਬਾਡੀਗਾਰਡ ਬਣੇ ਖੜੇ ਨਾ ਬੰਦੂਕਾਂ ਚੱਕੀ, ਇਹਦੇ ਕੋਲ ਮੇਰਾ ਨਾਂ ਲੈ ਕੇ ਦੇਖੀ, ਜੇ ਧੁਰ ਤੜੀ ਨਾ ਛੱਡ ਜੇ ਉਹਨੂੰ। ਗਾਂਧੀ ਆ ਮੈਂ, ਖੰਨੇ ਵਾਲਾ ਗਾਂਧੀ। ਇਹ ਤਾਂ ਵੱਡੇ ਬਜ਼ੁਰਗ ਬੈਠੇ ਸੀ, ਹੁਣ ਤੱਕ ਤਾਂ ਚੁੱਪ ਸੀ ਮੈਂ। ਆ ਮੈਂ ਫੋਟੋ ਖਿਚਾਉਣ ਨੂੰ ਨਹੀਂ ਰੱਖਿਆ। ਦੇਖ ਵੀਰੇ, ਆ ਤੇਰੀ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ, ਤੇਰਾ ਮੇਰਾ ਵੀ ਕੋਈ ਝਗੜਾ ਨਹੀਂ ਹੈ, ਆਪਾਂ ਬਹਿ ਕੇ ਇਸ ਮਸਲੇ ਦਾ ਰਾਹ ਲੱਭ ਲੈਂਦੇ ਹਾਂ। ਉਹ ਜਿਹੜੀ ਸਾਹਮਣੇ ਖੜੀ ਆ ਨਾ, ਭੈਣ ਹੈ ਮੇਰੀ, ਅਤੇ ਜਿਹੜਾ ਬੰਦਾ ਔਰਤ ਦੀ ਇੱਜ਼ਤ ਨਹੀਂ ਨਾ ਕਰਦਾ, ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ। ਰਾਹ ਤਾਂ ਬਸ ਇੱਕੋ ਹੀ ਬਚਦਾ, ਉਹਨੂੰ ਉਹਦਾ ਬਣਦਾ ਹੱਕ ਦੇ ਦਿਓ, ਨਹੀਂ ਤੁਹਾਡੇ ਪੂਰੇ ਪਰਿਵਾਰ 'ਚ ਉਹ ਜ਼ਮੀਨ ਨੂੰ ਵਾਹੁਣ ਵਾਲਾ ਕੋਈ ਬਚਣਾ ਨਹੀਂ। ਲੈ ਪੁੱਤ, ਇਹ ਵੀ ਕੋਈ ਗੱਲ ਹੈ? ਇਹ ਕਿਹੜਾ ਬਗਾਨਾ ਹੈ? ਸਾਡਾ ਆਪਣਾ ਹੈ, ਸਾਡਾ ਆਪਣਾ ਖੂਨ ਹੈ। ਆ ਜਾ ਮੇਰਾ ਸ਼ੇਰ, ਆ ਜਾ ਮੇਰਾ ਪੁੱਤ, ਆ ਜਾ, ਆਪਾਂ ਕੱਲ੍ਹ ਨੂੰ ਜਾ ਕੇ ਕਚਹਿਰੀ ਦੇ ਵਿੱਚ ਸਾਰਾ ਕੁਛ ਕਰਾ ਦਾਂਗੇ। ਕੱਲ੍ਹ ਨਹੀਂ, ਹੁਣੇ ਸੈਨ ਮਾਰੋ। ਵੀਰ, ਤੇਰਾ ਅਹਿਸਾਨ ਮੈਂ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੀ। ਰੱਬ ਬਣ ਕੇ ਆਇਆ ਮੇਰੀ ਜ਼ਿੰਦਗੀ 'ਚ, ਸਾਰੀ ਉਮਰ ਆਪਣੇ ਘਰ 'ਚ ਤੇਰੀ ਫੋਟੋ ਲਾ ਕੇ ਪੂਜਿਆ ਕਰੂੰਗੀ। ਮੰਨਣਾ ਪਏਗਾ ਕਿ ਲੋਕ ਪੂਜਣ ਲੱਗ ਪਏ ਸੀ ਤੈਨੂੰ। ਹਰ ਸਮਾਗਮ, ਹਰ ਟੂਰਨਾਮੈਂਟ ਦੇ ਵਿੱਚ ਤੈਨੂੰ ਹੀ ਚੀਫ ਗੈਸਟ ਬੁਲਾਉਣ ਲੱਗ ਪਏ ਸੀ। ਸਾਨੂੰ ਤਾਂ ਇਉਂ ਲੱਗਣ ਲੱਗ ਪਿਆ ਸੀ ਜਿਵੇਂ MLA MP ਅਸੀਂ ਨਹੀਂ, ਤੂੰ ਹੋਵੇਂ, ਜਿਸ ਨੂੰ ਇਲਾਕੇ ਦੇ ਲੋਕ ਇੰਨਾ ਸਤਿਕਾਰ ਦੇਣ ਲੱਗ ਜਾਣ ਤਾਂ ਉਸ ਨੂੰ MLA ਜਾਂ MP ਬਣਨ ਤੋਂ ਕੋਈ ਰੋਕ ਸਕਦਾ ਤਾਂ ਮੌਤ, ਸਿਰਫ ਤੇਰੀ ਮੌਤ। ਤੂੰ ਉਸ ਲੰਡੂ ਜਿਹੇ ਪ੍ਰਧਾਨ ਦੇ ਸਿਰ ਤੇ ਟੱਪਦਾ ਸੀ ਨਾ, ਹੁਣ ਕਿੱਥੇ ਹੈ ਤੇਰਾ ਉਹ ਪ੍ਰਧਾਨ? DSP ਸਾਹਿਬ, ਸਾਰਾ ਪੰਜਾਬ ਜਾਣਦਾ ਪਹਿਲਵਾਨਾਂ ਨੇ ਚੁੱਕਿਆ ਗਾਂਧੀ ਨੂੰ, ਤੁਸੀਂ ਪਹਿਲਵਾਨ ਨੂੰ ਫੜੋ ਜਿਵੇਂ ਕਿਵੇਂ, ਫਿਰ ਗਾਂਧੀ ਮਿਲ ਜੂ ਜਨਾਬ, ਅਤੇ ਜੇਕਰ ਪਹਿਲਵਾਨ ਨਹੀਂ ਮਿਲਦਾ ਤਾਂ ਸਮਝ ਲਓ ਕੋਈ ਗੜਬੜ ਹੈ ਜਨਾਬ। ਪ੍ਰਧਾਨ ਜੀ, ਅਸੀਂ ਤਾਂ ਚੱਪਾ ਚੱਪਾ ਛਾਣ ਮਾਰਿਆ, ਨਾ ਸਾਨੂੰ ਗਾਂਧੀ ਦਾ ਪਤਾ ਲੱਗਿਆ, ਨਾ ਭਲਵਾਨ ਦਾ ਪਤਾ ਲੱਗਿਆ। ਭਲਵਾਨ ਦੇ ਰਿਸ਼ਤੇਦਾਰਾਂ ਨਾਲ ਸਾਰਾ ਥਾਣਾ ਭਰਿਆ ਪਿਆ, ਸਾਲਾ ਕੋਈ ਕੁਛ ਨਹੀਂ ਦੱਸਦਾ। ਪਰ ਪਤਾ ਕਰਨਾ ਪਊ ਜਨਾਬ, ਪਤਾ ਕਰਨਾ ਪਊ। ਪ੍ਰਧਾਨ ਜੀ, ਪੁਲਿਸ ਤਾਂ ਆਪਣਾ ਪੂਰਾ ਵਾਹ ਲਾ ਦੂਗੀ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੁਸੀਂ ਇਹ ਗੁੰਡੇ ਵਾਸਤੇ ਨੇਤਾਬ ਲੈ ਕੇ ਹੋਏ ਹੋਏ ਹੋ? ਗਾਂਧੀ ਗੁੰਡਾ ਨਹੀਂ ਹੈ, ਜਿੱਥੋਂ ਤੱਕ ਮੈਂ ਉਸਨੂੰ ਜਾਣਦਾ ਉਹ ਹੀਰਾ ਬੰਦਾ ਹੈ ਜਨਾਬ। ਲਓ ਵੀ ਇਹ ਪੈਗ ਮੇਰੇ ਛੋਟੇ ਵੀਰ ਗਾਂਧੀ ਦੇ ਨਾਂ। ਬਾਈ ਸੱਚ ਮੰਨਿਓ, ਮੈਨੂੰ ਯਕੀਨ ਨਹੀਂ ਸੀ ਬਾਈ ਲੁਧਿਆਣੇ ਵਾਲੇ ਇਲੈਕਸ਼ਨ ਆਪਣਾ ਬੰਦਾ ਜਿੱਤ ਜਾਊ, ਇਹ ਸਭ ਤੇਰੇ ਕਰਕੇ ਹੋਇਆ ਗਾਂਧੀ। ਲੈ ਦੱਸ ਬਾਈ, ਆਹ ਕਿਹੜੀ ਗੱਲ ਹੈ, ਤੁਹਾਡੇ ਲਈ ਤਾਂ ਜਾਨ ਵੀ ਹਾਜ਼ਰ ਹੈ। ਲੈ ਦੱਸ, ਉਹ ਹੁਣ ਸਾਰਾ ਕੁਛ ਤੂੰ ਹੀ ਕਰਨਾ, ਉਹ ਵੱਡੇ ਭਰਾ ਦਾ ਵੀ ਕੋਈ ਫਰਜ਼ ਬਣਦਾ। ਬਾਈ ਹੁਣ ਤੁਸੀਂ ਐਂ ਕਰੋ, 5-7 ਦਿਨ ਚੰਡੀਗੜ੍ਹ ਲਾਓ, ਖਰਚੇ ਪਾਣੀ ਦੀ ਬਿਲਕੁਲ ਟੈਨਸ਼ਨ ਨਹੀਂ ਲੈਣੀ, ਉਹ ਉੱਥੇ ਆਪਣਾ ਬੰਦਾ ਗਾਚਾ, ਸਾਰੀ ਜ਼ਿੰਮੇਵਾਰੀ ਉਹਦੀ ਆ, ਤੁਸੀਂ ਬਸ ਐਸ਼ ਕਰਨੀ ਹੈ। ਆਓ ਗਾਂਧੀ ਬਾਈ ਜੀ ਆਓ, ਬਹੁਤ ਸੁਣਿਆ ਸੀ ਪ੍ਰਧਾਨ ਸਾਹਿਬ ਤੋਂ ਤੁਹਾਡੇ ਬਾਰੇ, ਅੱਜ ਦਰਸ਼ਨ ਵੀ ਹੋ ਗਏ। ਫਿਰ ਤਾਂ ਤੁਸੀਂ ਮੇਰੇ ਬਾਰੇ ਵੀ ਸੁਣਿਆ ਹੀ ਹੋਊ। ਸਭ ਜਾਣਦਾ ਨਹੀਂ ਮੈਂ, ਮੈਂ ਤਾਂ ਇਹ ਵੀ ਜਾਣਦਾ ਕਿ ਤੁਹਾਨੂੰ ਇਹ ਸਾਰੇ ਕੀ ਕਹਿੰਦੇ ਆ। ਚੰਗੀ ਤਰ੍ਹਾਂ ਜਾਣਦੇ ਹੋ ਜੀ ਤੁਸੀਂ ਮੈਨੂੰ, ਲੈ ਲਿਆ ਨਿਆਮ। ਯਾਰ ਵੀਰੇ ਥੱਕੇ ਜੇ ਪਏ ਆ, ਇਹ ਦੱਸ ਵੀ ਸਾਡੇ ਰਹਿਣ ਦਾ ਜੁਗਾੜ ਕਿੱਥੇ ਕਰਿਆ? ਲਓ ਬਾਈ ਲਾਹੋ ਥਕਾਵਟ, ਕਸੌਲ ਦਾ ਮਾਲ ਹੈ ਕਸੌਲ ਦਾ, ਸਾਰੀ ਥਕਾਵਟ ਫੁਰ ਹੋਜੂ। ਰਹਿਣ ਦੇ ਬਾਈ, ਪਹਿਲਾਂ ਪੁਲਿਸ ਵਾਲਿਆਂ ਨੇ ਲਾਤਾ ਸੀ, ਮਸਾਂ ਛੜਾਇਆ, ਹੁਣ ਤੂੰ ਨਾ ਲਾ ਦੀ ਕਿਤੇ ਬਾਈ, ਰਹਿਣ ਦੇ। ਬਾਈ ਤੁਸੀਂ ਖੜੇ ਕਿਉਂ, ਅੰਦਰ ਆਓ ਨਾ, ਮੋਸਟ ਵੈਲਕਮ, ਆਓ ਬਾਈ ਸਾਰੇ ਆਓ ਆਓ ਆਓ। ਬਾਈ ਫੇਰ ਫੇਰ ਕੀ, ਭੋਲੇ ਦਾ ਉਤਲਾ ਸਾਂ ਉੱਤੇ, ਥਲੜਾ ਸਾਂ ਥੱਲੇ, ਪਤਾ ਚੱਲੇ ਮਰਨ ਵਾਲਾ ਤਾਂ ਚੰਗਾ ਹੀ ਹੈ, ਡਰ ਜਾਓ।
की गल भाई, तेरे के में सत्तू जे खत्म होए पे ने? कुछ नहीं यार, चीजा नहीं लगता। ले भाई आ लवाओ जी, ला के देख। ओ ला के ता देख भाई। ओ रहन दे गाचे, नहीं लाउंदा भाई। मर्जी है भाई, फिर प्रधान साहब नहीं कहने के साडे गेस्टां दी सेवा नहीं कीती। भाई एक बार ला, मेरी खातर ला के देख भाई। ओ, कुछ नहीं हुंदा राजू, एदा भी मन रख लेने यार। हाँ होर दस। ए बनी ना गल भाई, है गाचे सूटा लवाई यार। हाँ जी भाई, हाँ जी। भोले सुना कोई चुटकला। चुटकला छड भाई, तेनू मैं ना भोले की गल सुना एक। केरा भाई भोला वा गया फिल्म देखण चंचल जवानी। ये हो गया 15 मिनट लेट है। जदों ही अंदर बढ़िया नाल बैठे बंदे नू कहिंदा भाई किन्नी कि लंघी, वह कहिंदा 15 मिनट की लंघी हजे। कहिंदा कोई सीन ज्यादा ही लंघिया? वह कहिंदा ना ना, ये तो सारे सीन पए ने भाई। जदों भी कोई दमदार जा सीन आया करे, ये तो एक दूजे के मोढ़े नाल मोढ़ा मार के स्वाद लिया करन। भाई जदों ही होया इंटरवाइल मच्चियां लाइटां, ओए ओए ओए, फिर की कहां इहदा बड़ा। फिर की है ओए, फिर की जदों इह मोटर ते इहदा बड़ा करे, जदों इहदा बड़ा मोटर ते इह करे। इहदा 6 महीने एक दूजे दे मत्थे ही नहीं लगे। गांधी भाई यार, एक छोटा जा काम सी भाई। मणि माजरे मेरा एक प्लाट है, एक मजदूर नू तरस खा के रहन लई दे दिता सी भाई। मजदूर जोनी उन्हू नाल जोड़ के उन्हें मेरे प्लाट ते कब्जा कर लिया। बस कब्जा लेना भाई। कोई नहीं, अज रात नू ही करते हैं तेरा काम। आप क्या लेने आए हो साहब जी, सब कुछ तो बर्बाद कर दिया आपने। तेरी भी तो गलती है, क्यों नजायज कब्जा करे किसी के प्लाट पे? क्या बात करते हो साहब जी, हम क्यों कब्जा करेगा साहब जी। कच्चा सेठ से हमने 5 साल पहले जमीन खरीदी थी, जमीन के आगे से हाईवे क्या निकल गया। अब ना पैसे देता है ना जमीन की रजिस्ट्री करवाता है। सच कह रहे? अरे साहब जी मैं भला झूठ क्यों बोलूं।
ਆ ਗਿਆ ਮੇਰਾ ਗਾਂਧੀ ਭਰਾ। ਕੀ ਹੋਇਆ ਬਈ? ਸਾਲਿਆ, ਨਸ਼ੇ ਤੇ ਲਾ ਕੇ ਮੇਰੇ ਤੋਂ ਗਲਤ ਕੰਮ ਕਰਵਾਉਣਾ। 7 ਵਜੇ ਨੇ, ਜੇ 2 ਵਜੇ ਤੱਕ ਉਸ ਗਰੀਬ ਦੀ ਰਜਿਸਟਰੀ ਨਾ ਹੋਈ ਤਾਂ ਮੈਂ ਭੁੱਲ ਚੁੱਕਿਆ ਮੈਂ ਤੇਰਾ ਨੂਣ ਖਾਧਾ। ਠੀਕ ਹੈ ਬਾਈ, ਸਮਝ ਗਿਆ। ਚਲੋ ਇੱਥੋਂ। ਧੰਨਵਾਦ ਸਾਹਿਬ ਜੀ। ਕੋਈ ਵੀ ਲੋੜ ਹੋਵੇ ਇੱਕ ਫੋਨ ਕਰਦੀ ਬਸ। ਚਲੋ ਯਾਰ ਪਿੰਡ ਚੱਲਦੇ ਹਾਂ। ਬਾਈ ਆਪਾਂ ਪਿੰਡ ਨਹੀਂ ਜਾ ਸਕਦੇ ਚਾਰੇ। ਕਿਉਂ? ਪੁਲਿਸ ਲੱਭਦੀ ਫਿਰਦੀ ਆ 307 ਵਾਲੇ ਮੁਕੱਦਮੇ 'ਚ। ਪਰ ਯਾਰ ਇਸ ਘਟੀਆ ਬੰਦੇ ਕੋਲ ਵੀ ਨਹੀਂ ਰਹਿਣਾ, ਆਪਾਂ ਐਂ ਕਰਦੇ ਆਪਾਂ ਪੇਸ਼ ਹੋ ਜਾਂਦੇ ਹਾਂ। ਚਲੋ ਡੀ ਐਸ ਪੀ ਸਾਹਿਬ, ਇਹੋ ਜਿਹਾ ਗਾਂਧੀ, ਹੁਣ ਤੁਸੀਂ ਆਪ ਹੀ ਦੱਸੋ ਕੀ ਉਹ ਗੁੰਡਾ? ਪ੍ਰਧਾਨ ਜੀ ਤੁਸੀਂ ਬੇਫਿਕਰ ਹੋ ਕੇ ਘਰੇ ਜਾਓ, ਅਸੀਂ ਗਾਂਧੀ ਨੂੰ ਲੱਭਣ ਲਈ ਪੂਰੀ ਵਾਹ ਲਾ ਦਿਆਂ। ਠੀਕ ਹੈ ਜਨਾਬ। ਸਤਿ ਸ਼੍ਰੀ ਅਕਾਲ। ਪ੍ਰਧਾਨ ਸਾਹਿਬ ਆ ਜੀ। ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ। ਮੁੰਡਿਓ ਕੁਝ ਪਤਾ ਲੱਗਿਆ ਗਾਂਧੀ ਦਾ? ਕਿੱਥੇ ਬਾਈ ਜੀ, ਅਸੀਂ ਤਾਂ ਭਲਵਾਨਾਂ ਦੇ ਪੰਜਾਬ ਤੋਂ ਲੈ ਕੇ ਹਰਿਆਣੇ ਤੱਕ ਸਾਰੇ ਟਿਕਾਣੇ ਫਰੋਲਤੇ। ਇਹ ਪੁਲਿਸ ਕਹਿੰਦੀ ਆ ਹੁਣ? ਪੁਲਿਸ ਆਪਣਾ ਜ਼ੋਰ ਲਾ ਰਹੀ ਹੈ, ਪਰ ਆਪਾਂ ਨੂੰ ਵੀ ਤਾਂ ਆਪਣੇ ਲੈਵਲ 'ਤੇ ਕੁਝ ਨਾ ਕੁਝ ਕਰਨਾ ਪਊ। ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ, ਗਾਂਧੀ ਇੰਨੀ ਵੱਡੀ ਗਲਤੀ ਕਿਵੇਂ ਕਰ ਗਿਆ? ਨਾ ਕੋਈ ਨਾਲ, ਨਾ ਕੋਈ ਅਸਲਾ। ਗਾਂਧੀ ਬਾਈ ਨੇ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਇੱਕ ਤਾਂ ਵੈਸੇ ਹੀ ਦਲੇਰ ਬਹੁਤ ਆ ਉਹ, ਉੱਤੋਂ ਜਦੋਂ ਦਾ ਨਸ਼ੇ 'ਤੇ ਲੱਗਿਆ ਬਹੁਤ ਹੀ ਲਾਪਰਵਾਹੀ ਨਾਲ ਚੱਲਦਾ। ਪਤਾ ਨਹੀਂ ਗਾਂਧੀ ਬਾਈ ਕਿੱਥੇ ਹੋਣਾ। ਸੀਐਮ ਸਾਹਿਬ? ਹਾਂਜੀ ਸਰ, ਹਾਂਜੀ ਸਰ। ਨਹੀਂ ਜੀ, ਉਹ ਮੈਂ ਸਰ, ਮੈਂ ਖੁਦ ਜਾ ਕੇ ਦੇਖਦਾ ਜੀ ਸਰ। ਇਹ ਤਾਂ ਮਾਮਲਾ ਹੀ ਬੜਾ ਪੱਕ ਗਿਆ ਹੈ, ਇਹਦੇ ਕਰਕੇ NH1 ਰੋਡ 'ਤੇ ਜਾਮ ਲੱਗਿਆ ਪਿਆ। ਸੀਐਮ ਨੂੰ ਦਿੱਲੀ ਤੋਂ ਫੋਨ ਆ ਰਹੇ ਨੇ। ਸਰ ਜੀ ਇੱਕ ਸਵਾਲ ਪੁੱਛਾਂ ਜੀ। ਹਾਂ, ਆਪਾਂ ਨੂੰ ਇੰਨੀ ਦੇਰ ਜਿਉਂਦਾ ਕਿਉਂ ਰੱਖਿਆ? ਇਹ ਤਾਂ ਕੰਮ ਕਿਉਂ ਨਹੀਂ ਨਿਬੇੜਦੇ? ਉਸ ਥਾਣੇਦਾਰ ਕਰਕੇ ਉਹ ਪਹਿਲੀ ਵਾਰ ਅੰਦਰ ਗਏ, ਉਹ ਇਹੋ ਜਿਹੇ ਲੰਡੂ ਕੇਸਾਂ 'ਚ 50 ਵਾਰ ਉਹ ਅੰਦਰ ਗਿਆ ਤੇ 50 ਵਾਰ ਬਾਹਰ ਆਇਆ। ਮੈਨੂੰ ਉਸ ਦਾ ਪੱਕਾ ਇਲਾਜ ਚਾਹੀਦਾ ਹੈ, ਪੱਕਾ। ਸਮਝਿਆ? ਇਹ ਦੱਸ ਰਿਹਾ ਸਰ, ਉਸ ਦੇ ਪੱਕੇ ਇਲਾਜ ਦਾ ਪ੍ਰਬੰਧ ਕਰ ਦਿੱਤਾ ਮੈਂ। ਭਲਵਾਨਾਂ ਨੂੰ ਥਾਣੇ ਬੁਲਾ ਕੇ ਉਹਨਾਂ ਦੀ ਪੂਰੀ ਚੂੜੀ ਕੱਸ ਦਿੱਤੀ ਹੈ, ਬਸ ਉਹ ਬਾਹਰ ਆਉਣਾ ਚਾਹੀਦਾ ਹੈ। ਉਸ ਦੀ ਮੌਤ ਦੀ ਖਬਰ ਸੁਣ ਲਈ ਮੇਰੇ ਵੀ ਕੰਨ ਤਰਸ ਰਹੇ ਨੇ। ਬਸ ਠੋਕ ਦੋ। ਨਹੀਂ ਸਰ, ਨਹੀਂ। ਉਸ ਨੂੰ ਇੰਨੀ ਆਸਾਨ ਮੌਤ ਨਹੀਂ ਮਾਰਨਾ, ਉਸ ਨੂੰ ਦਰਦ ਨਾਲ ਤੜਫਾ ਤੜਫਾ ਕੇ ਮਾਰਨਾ ਹੈ। ਸਰੀਰ ਦਾ ਦਰਦ ਮੌਤ ਨਾਲੋਂ ਵੀ ਬੁਰਾ ਹੁੰਦਾ ਹੈ। ਵੱਡੇ ਵੱਡੇ ਖੱਬੀ ਖਾਂ ਇਸ ਦਰਦ ਤੋਂ ਡਰਦੇ ਮੈਂ ਬਹੁਤ ਮੰਗਦੇ ਦੇਖੇ ਹੈ, ਬਸ ਮੈਨੂੰ ਉਹੀ ਮੌਤ ਚਾਹੀਦੀ ਉਸ ਦੀ। ਮੈਨੂੰ ਯਾਦ ਆ ਉੱਥੇ ਜਦੋਂ ਉਸਨੇ ਮੇਰੇ ਘਰ ਵਿੱਚ ਵੜ ਕੇ ਮੇਰੇ ਮੂੰਹ 'ਤੇ ਉਹਨੇ ਥੱਪੜ ਮਾਰਿਆ ਸੀ। ਸੱਚੋ ਨਹੀਂ, ਮੈਨੂੰ ਤਾਂ ਤੂੰ ਸਾਲਿਆ DGP ਲੱਗਦਾ। ਬੇਇੱਜ਼ਤੀ ਤਾਂ ਉਸਨੇ ਮੇਰੀ ਵੀ ਭਰੇ ਪੰਡਾਲ ਵਿੱਚ ਕੀਤੀ ਸੀ। ਸਜ਼ਾ ਤਾਂ ਉਸਦੀ ਭਿਆਨਕ ਹੀ ਹੋਣੀ ਚਾਹੀਦੀ ਹੈ, ਭਿਆਨਕ। ਸਰ
मैं तुहाडा हर बुरा भला सोचा है, पर मेरी एक गुजारिश है, उसकी मौत सिर्फ मेरे हाथों होनी चाहिए है। जे खाड़कूवाद होंदा ना, उसनू सामने खड़े करके गोली मार दिंदा मैं। बस उसकी मौत मेरे हाथों होनी चाहिए है, मेरे हाथों। जो भी करना है, जिवें भी करना है, जल्दी कर, जल्दी। हेलो, सत श्री अकाल भाई जी। ठीक है भाई जी, मेहरबानी। हाँ जी भाई, कोली है जी। ठीक है जी, ओके जी। भाई प्रधान जी का फोन सी, कहते थोड़ी जमानत हो जू कल नाले, क्या है कि गांधी नू कहीं के ध्यान ना रहे, कंडा कड्ढन नू फिरदे ने। किड़ा जम्मिया गांधी का कंडा कड्ढन वाला। परे हटो ए, साला सुस्ती। पालन दे यारो। We'll be right back.
तीन दिन हो गए ने ते पंजाब सरकार हत्थां ते हथ रख के बैठी हुई है। अजे तक रुपिंदर गांधी का कोई ठोस पता नहीं लग्या। तुसी मेरे पिछे देख सकते हो कि एक स्थानक सरपंच दी किडनैपिंग दे रोस विच लोकां ने NH1 ते धरना लाया होया ते इस धरने विच दिल्ली तो लाहौर जाने वाली बस भी फसी हुई है, जिस कारण चंडीगढ़ तो लैके दिल्ली तक पूरा हड़कंप मचिया होया है ते पंजाब दे CM ने पंजाब पुलिस नू इस मसले नू पहल दे आधार ते निपटाउण दे निर्देश दिते ने। हुण देखना ये है कि पंजाब पुलिस इस मसले नू किन्नी छेती सुलझा लैंदी है। पंजाबी न्यूज़ 1, मैं सरबजीत कौर, कैमरामैन दिनेश दे नाल। हाँ जी भाई जी। हाँ भोले, कित्थे हो? खन्ने दे नेड़े तेड़े ही हैं जी। आए करो फटाफट, मैनू समराले वाली रोड ते फॉलो करो, गांधी दी कोई सूह मिल गई। चलो ए, भाई दा पता लग गया। जनाब दे लगदा तू है कित्थे? जनाब मैं खन्ने आ जी, ड्यूटी दे रहा। ओए लगदा ड्यूटी दा इत्थे आ तू, ओए तेरे करके रुके हो या नहीं तक कदों दा इहदा काम कर दंदे? ओए किते कोई गड़बड़ ना हो जाए। मंत्री साहब कोई गड़बड़ नहीं होंदी जी, मैं सारा मामला सैट कर लिया। सारा पंजाब जानता है कि गांधी नू पलवाना ने चक्या है। ते परचा ता उना दे पैना ना, बाकी तुसी बेफिकर हो। वो ता ठीक है, पर तू इत्थे कदों आ रहा? जनाब इत्थे कर्फ्यू वाला माहौल बनया पिया, सारे लोग इकट्ठे होए पए ने, मंडीरा ने पूरा घेरा पाया होया। ये तो साली फिर गड़बड़ होगी। तू ऐ करो, तू हुण इत्थे ना आई। जे किसे नूं वी इस मामले च मेरे शामिल होण दी सूह लग गई ना, तां आपां तां पट्टे जावांगे। गांधी नूं हुण इत्थों किते होर ले जा के मारना पैणा है। तू ऐ कर, अज रात नूं 1 बजे बस वाली नहर ते पहुंची, पर्दे न पा के आई। ठीक है जी। चलो फिर कट दियो एदा उत्थे कंडा। की गल, मौत तो डर लग रहा है तेनू? बस कुछ घंटिया की देरी आ, सारा डर खत्म हो जू तेरा। मौत तो उस दिन कबूली सी जिस दिन हथियार चके से। अपनी ये सारी हालत का जिम्मेदार खुद है तू। पुलिस, पॉलिटिक्स ते शहर के वैली बंदे ना पंगा लेके कोई नहीं बचे अज तक। अपने आप नूं बेली समझदा? तू तां दो टके दा बंदा भी नहीं। ये बकवास मार दे तू। मैं जद भी तेरे ते वार करया, तेनूं ललकार के करया, तू जद भी वार करया पिट दे। हाँ ओए, दस कदों आवे तेरा बाप। सालिया बोलता किवें आ? आ जा फिर, हुणे आ जा, पता लग जू कौन की दा प्यो आ। ले हो जा तैयार, आ गया तेरा पतंदर।
मारना थोड़ी है, हवा कढ़नी सी साले दी कढ़ती। क्यों कोई पछतावा है मन च? तेनू ज्यौंदा छड्डण दा। पर एक गलती मैं नहीं करता, क्योंकि तेरी मौत मेरी जिंदगी है। बस इंतजार कर एक बचण दा। छेती चल यार, लेफ्ट ले लेफ्ट। तेरा मरना था तया पलवान, जे मैं बच गया तो मैं नहीं छड़दा, जे मैं मर गया ता मेरे यारा ने नहीं छड़ना। साला मौत के मुंह च बैठा भी नहीं टिकता, दारू लिया। क्यों दारू दारू चढ़ने रे? यही खौफ है गांधी का, ये खौफ है गांधी के यारों का। तूने बचदा सोड़ा एदी सड़ दी जवानी रुकदी, हाथ खोले दे इधर आ, चक्का ने सट्टो कटी जा, तू मरेगा साला। हो सुन ली बक बक, केड़ा उड़ी कोई एक बचन नु सट्टो ने गड्डी चा। अजे ज्यादा देर नहीं हुई निकलिया, चलो ये मुंडे चलिए खेती करो, अजे ज्यादा दूर नहीं गए होने। क्यों पिपलवाना, मंत्री साहब ने मैनू एक बजे का टाइम दिता सी, तू मैनू 12 बजे ही बुला लिया। एदा सड़दा एक एक लफ्ज मैनू सोल वांगू चुभदा, बाहर कढ़ो इहनू। कहता सी मैं तेन एस एच ओ नहीं डी आई सी लगता है, है? हुण पता लगू के मौके दे एस एच ओ दे विच किन्नी पावर है। हुण दस मैं तेन की लगता है, सालिया बकवास बंद कर ले। तू सूर दा पुत, तेरी पार्टी बेबे जी की हो गया? मैनू कुछ ठीक नहीं लगता पुत। हेलो,
ਕੱਟੀਆਂ ਲੱਗਦੀਆਂ ਥਾਵਾਂ ਹੋ ਪਿੰਡ ਲੁੱਟ ਗਿਆ ਏ ਪਹਾੜ ਟੁੱਟ ਗਿਆ ਏ ਕੜਾ ਫੁੱਟ ਗਿਆ ਏ ਤਾਰਾ ਟੁੱਟ ਗਿਆ ਏ ਲੇਖਾ ਮੁੱਕ ਗਿਆ ਏ ਓ ਯਾਰਾ ਲੁੱਟ ਗਿਆ ਏ ਗਾਨਿਆਂ ਤੋਂ ਪਹਿਲਾਂ ਸ਼ਗਨਾਂ ਦੇ ਫੜੇ ਨਾ ਵੇ ਲਾਗ ਸਾਥੋਂ ਲਾਗੀਆਂ ਗਾਨਿਆਂ ਤੋਂ ਪਹਿਲਾਂ ਗਈਆਂ ਟੁੱਟ ਵੇ ਤੜਾਗੀਆਂ ਸ਼ਗਨਾਂ ਦੇ ਫੜੇ ਨਾ ਵੇ ਲਾਗ ਸਾਥੋਂ ਲਾਗੀਆਂ ਕਹਿਣ ਨੂੰ ਤਾਂ ਗਾਂਧੀ ਚਿਤਾ ਨੂੰ ਠੰਡੇ ਹੋਏ 4 ਸਾਲ ਹੋ ਗਏ ਨੇ, ਪਰ ਇਹਨਾਂ 4 ਸਾਲਾਂ 'ਚ ਮੈਂ ਹਰ ਰੋਜ਼ ਮੰਗਦਾ ਰਿਹਾ ਜਿੰਨਾ ਚਿਰ ਮੈਂ ਦੁਸ਼ਮਣ ਦੇ ਖੂਨ ਦਾ ਛਿੱਟਾ ਨਹੀਂ ਮਾਰ ਲੈਂਦਾ। ਮੇਰੇ ਕਲੇਜੇ 'ਚ ਅੱਗ ਮੰਗਦੀ ਰਹਿਣੀ ਆ। ਬਾਈ, ਅੱਜ ਤੱਕ ਤੂੰ ਕਦੇ ਹਥਿਆਰ ਨਹੀਂ ਚੱਕਿਆ, ਤੈਨੂੰ ਆਪਣੇ ਹੱਥ ਗੰਦੇ ਕਰਨ ਦੀ ਕੋਈ ਲੋੜ ਨਹੀਂ। ਇੱਕ ਵਾਰੀ ਭਲਵਾਨ ਨੂੰ ਬਾਹਰ ਤਾਂ ਆਉਣ ਦੇ, ਉਹਦੀ ਹੋਲੀ ਅਸੀਂ ਖੇਡਾਂਗੇ। ਬੇਸ਼ੱਕ ਗਾਂਧੀ ਸਾਡੇ ਸਭ ਦਾ ਭਾਈ ਸੀ, ਪਰ ਭਲਵਾਨ ਨੂੰ ਗੋਲੀ ਮੈਂ ਮਾਰੂੰਗਾ। ਏਦਾਂ ਹੀ ਹੋ ਬਾਈ, ਹੁਣ ਤੱਕ ਤਾਂ ਭਲਵਾਨ ਨੇ ਡਰਦੇ ਹੋਏ ਜਮਾਨਤ ਨਹੀਂ ਪਾਈ, ਪਰ ਹੁਣ ਸੁਣਿਆ ਜਮਾਨਤ ਲਾ ਰਹੇ ਨੇ। ਉਹਦੀ ਜਮਾਨਤ ਤਾਂ ਜ਼ਰੂਰ ਹੋਊਗੀ, ਅਤੇ ਇਹ ਗੱਲ ਦੁਸ਼ਮਣ ਨੂੰ ਮਕਾਉਣ ਦੀ ਨਹੀਂ। ਮੈਂ ਗਾਂਧੀ ਦੇ ਉਸ ਨਾਂ ਨੂੰ ਜਿਉਂਦਾ ਰੱਖਣਾ ਚਾਹੁੰਦਾ, ਜਿਸ ਕਰਕੇ ਤੁਸੀਂ ਸਾਰੇ ਅਤੇ ਹੋਰ ਲੱਖਾਂ ਲੋਕ ਜੁੜੇ ਹੋਏ ਨੇ, ਅਤੇ ਇਹ ਤਾਂ ਹੀ ਹੋ ਸਕਦਾ ਜੇ ਇਹਦਾ ਜਵਾਬ ਗਾਂਧੀ ਦਾ ਭਾਈ ਦੇ। ਮੁਬਾਰਕਾਂ ਹੋਣ ਪਹਿਲਵਾਨ ਸਾਹਿਬ ਤੁਹਾਨੂੰ। ਸਭ ਤੁਹਾਡੀ ਮਿਹਰਬਾਨੀ ਹੈ ਜੀ। ਓ ਭਾਈ ਆਈ ਆ ਓ ਬੰਦੇ ਓ ਆਜੋ ਓ ਚੱਲ ਆਜੋ ਓ ਬੱਲਿਆ ਬੱਲਿਆ।
8 ਗੋਲੀਆਂ ਲੱਗਣ ਦੇ ਬਾਅਦ ਵੀ ਗਾਂਧੀ ਦਾ ਕਾਤਲ ਬਚ ਗਿਆ। ਅੱਗੇ ਇਸ ਲੜਾਈ ਦਾ ਕੀ ਹੋਣਾ ਹੈ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਪਰ 23 ਸਾਲ ਦੀ ਚੜ੍ਹਦੀ ਜਵਾਨੀ ਵਿੱਚ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਗਾਂਧੀ ਨੇ ਨਾ ਤੇ ਕਦੇ ਕੋਈ ਲੁੱਟ ਖੋ ਕੀਤੀ ਸੀ ਤੇ ਨਾ ਹੀ ਕਦੇ ਪੈਸੇ ਦੇ ਬਦਲੇ ਕਿਸੇ ਦੀ ਜਾਨ ਦਾ ਸੌਦਾ ਕੀਤਾ। ਤਾਂ ਹੀ ਰੁਪਿੰਦਰ ਗਾਂਧੀ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੂਥ ਦੇ ਦਿਲਾਂ ਵਿੱਚ ਧੜਕਦਾ ਹੈ। ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਰੁਪਿੰਦਰ ਗਾਂਧੀ ਕੌਣ ਸੀ। ਧੀਆਂ ਭੈਣਾਂ ਦੇ ਹੱਕ ਦੇ ਲਈ ਲੜਨ ਵਾਲਾ ਇੱਕ ਭਰਾ, ਗਰੀਬਾਂ ਤੇ ਯਾਰਾਂ ਦੇ ਬੁਰੇ ਵਕਤ ਵਿੱਚ ਖੜਨ ਵਾਲਾ ਰੋਬਿਨਹੁੱਡ, ਜਾਂ ਫਿਰ ਗੁੰਡਾ ਜਾਂ ਗੈਂਗਸਟਰ।